ਠੀਕ ਹੈ ਤੇ ਜੇ ਕਿਸੇ ਨੇ ਆਨਲਾਈਨ ਸਮਾਨ ਮੰਗਵਾਉਣਾ ਹੋਵੇ ਆਰਡਰ ਕਰਕੇ ਕਿ ਉਹ ਵੀ ਤੁਸੀਂ ਪਹੁੰਚਾਉਂਦੇ ਹੋ ਹਾਂਜੀ ਜਿਵੇਂ ਆਪਣੇ ਕੋਲੋਂ ਕਿਸੇ ਨੇ ਸਮਾਨ ਮੰਗਵਾਉਣਾ ਤਾਂ ਵਬਸਤੇ ਰੱਖ ਦਿੰਨੇ ਆ ਜੀ ਠੀਕ ਹੈ ਜਾਂ ਜੇ ਕੋਈ ਨੇੜੇ ਹੋ ਤਾਂ ਫੜਾ ਵੀ ਆਉਣੇ ਆ ਜਿਵੇਂ ਪ੍ਰਣਾਲੇ ਤਾਂ ਸਾਡੇ ਕਿਹੜੇ ਲੱਗਦੇ ਰਹਿੰਦੇ ਨੇ ਜੀ ਉੱਥੇ ਸੀ ਪਹੁੰਚਦਾ ਕਰਦੇ ਰਹਿੰਨੇ ਆ ਜਿਵੇਂ ਸਾਈਵਾਲ گاਉ ਆ ਜੇ ਸਾਈਵਾਲ گاਉ ਦੀ ਗੱਲ ਕਰੀ ਤਾਂ ਜੇ ਦੁੱਧ ਦੇਣਾ ਜੇ ਕਿਸੇ ਨੂੰ ਘਰਾਂ ਚ ਤਾਂ 70-75 ਰੁਪਏ ਰੇਟ ਆ ਮੰਗਦੇ ਨੇ ਜੇ ਕਿਰ ਵੀਰ ਜੀ ਆਹ ਪੀਪਾ ਤੁਸੀਂ ਕਾਦੇ ਲਈ ਟੰਗਿਆ ਹੋਇਆ ਇਹ ਜਿਵੇਂ ਨਾ ਆਪਣੇ ਜੰਗਲੀ ਤੋਤੇ ਬਹੁਤ ਆਉਂਦੇ ਬੇਰੀ ਤੇ ਜੀ हां पंछी जरूर ਆਉਣਗੇ ਦੇਖਾਂਗੇ ਵੈਸੇ ਉਹ ਉੱਪਰ ਉੱਪਰ ਦੇਖ ਸਕਦੇ ਹਾਂ ਖਾ ਗਏ ਉਹ ਜਿੰਨਾ ਉਹਨਾਂ ਦਾ ਹੱਕ ਮੰਗਦਾ ਸੀ ਉਹਨਾਂ ਨੇ ਖਾ ਵੀ ਲਿੱਤਾ ਹੂੰ ਹੂੰ ਤੇ ਕੁਸ ਆਪਣੇ ਲਈ ਛੱਡ ਗਏ ਜੀ ਉਹਨਾਂ ਨੂੰ ਭਜਾਉਣ ਵਾਸਤੇ ਬਸ ਇਹ ਰੱਖਿਆ ਹੋਇਆ ਇਹਨੂੰ ਇਸ ਤਰ੍ਹਾਂ ਕਰਕੇ ਖੜਕਾ ਲੈਂਦੇ ਆ ਤੇ ਉਹ ਭੱਜ ਜਾਂਦੇ ਆ ਜੀ ਦੇਸੀ ਜੁਗਾੜ ਹੈ ਹਾਂਜੀ ਹਾਂਜੀ ਵੀਰ ਜੀ ਜਿਵੇਂ ਦਾਲਾਂ ਦੀ ਗੱਲ ਕਰੀਏ ਤਾਂ ਮਸਰ ਦੀ ਦਾਲ ਹੈ ਜਿਹੜੀ ਉਹਨੂੰ ਲਾਉਣ ਦਾ ਸਮਾਂ ਕੀ ਹੈ ਤੇ ਉਹਦੀ ਦੇਖਭਾਲ ਕਿਵੇਂ ਕਰਦੇ ਆ ਦੇਖੋ ਜਦੋਂ ਆਪਾਂ ਇਹ ਮਸਰ ਦੀ ਦਾਲ ਬੀਜਦੇ ਆ ਜੀ ਇਸ ਔਲਿਆਂ ਨੂੰ ਕੁਝ ਟਾਈਮ ਪਹਿਲਾਂ ਆ ਜਾਂਦੀ ਹੈ ਜਦੋਂ ਆਪਾਂ ਕਣਕ ਦੀ ਬਿਜਾਈ ਕਰਦੇ ਆ ਉਸੇ ਟਾਈਮ ਹੀ ਲੱਗ ਜਾਂਦੀਆਂ ਨੇ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਖੇਤੀਬਾੜੀ ਖੇਤੀਬਾੜੀ ਵੀ ਆਰਗੈਨਿਕ ਤੇ ਉਸ ਤੋਂ ਬਾਅਦ ਪ੍ਰੋਸੈਸਿੰਗ ਤੇ ਮਾਰਕੀਟਿੰਗ ਖੇਤੀ ਦੇ ਵਿੱਚ ਆਪਾਂ ਫਸਲਾਂ ਨੂੰ ਉਗਾ ਲੈਨੇ ਆ ਪਰ ਬਾਅਦ ਚ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਮਾਰਕੀਟ ਦੇ ਵਿੱਚ ਵੇਚਣ ਦੀ ਸੋ ਅੱਜ ਦੀ ਵੀਡੀਓ ਦਾ ਵਿਸ਼ਾ ਇਸੇ ਹੀ ਵਿਸ਼ੇ ਨੂੰ ਲੈ ਕੇ ਗੱਲਬਾਤ ਦਾ ਹੈ ਸਸਕੀ ਕਾਲ ਜੀ ਮੈਂ ਹਰਜੀਤ ਕੌਰ ਆਕਲੀਆ ਬਹੁਤ ਬਹੁਤ ਸਵਾਗਤ ਹੈ ਸਾਡੇ ਆਕਲੀਆ ਫੈਮਿਲੀ ਵਲੌਗਸ ਚੈਨਲ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੇ ਕਿਸਾਨ ਦੇ ਨਾਲ ਜੋ ਆਰਗੇਨਿਕ ਖੇਤੀ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰੋਸੈਸਿੰਗ ਤੇ ਮਾਰਕੀਟਿੰਗ ਵੀ ਆਪ ਹੀ ਕਰਦੇ ਦੋਸਤੋ ਅੱਜ ਅਸੀਂ ਪਹੁੰਚੇ ਆ ਵੜਿੰਗ ਬ੍ਰਦਰਸ ਆਰਗੇਨਿਕ ਫਾਰਮ ਧਨੋਲਾ ਵਿਖੇ ਤੇ ਇੱਥੇ ਆਪਾਂ ਗੱਲਬਾਤ ਕਰਾਂਗੇ ਅਮਨਦੀਪ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਹਾਂ ਜੀ ਮੈਂ ਅਕਲੀਆ ਫੈਮਿਲੀ ਚੈਨਲ ਦਾ ਸਾਡੇ ਖੇਤ ਪਹੁੰਚਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਕਿ ਆਪਣੇ ਆਰਗੈਨਿਕ ਫਾਰਮ ਨੂੰ ਵਿਜ਼ਿਟ ਕਰਨ ਲਈ ਪਹੁੰਚੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਅਸੀਂ ਹੋਰ ਲਾਹੇਵੰਦ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਹੀਏ ਤੇ ਸਟਾਰਟ ਕਰਦੇ ਹਾਂ ਵੀਰ ਜੀ ਦੇ ਨਾਲ ਅੱਜ ਦੀ ਗੱਲਬਾਤ ਕਿ ਕਿਵੇਂ ਇਹ ਖੇਤੀਬਾੜੀ ਕਿਸ ਢੰਗ ਨਾਲ ਕਰ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਕੀ ਪ੍ਰੋਸੈਸਿੰਗ ਦਾ ਕੀ ਸਿਸਟਮ ਹੈ ਤੇ ਉਸ ਤੋਂ ਬਾਅਦ ਇਹ ਫਿਰ ਕਿਵੇਂ ਉਹਦੀ ਮਾਰਕੀਟਿੰਗ ਕਰਦੇ ਨੇ ਵੀਰ ਜੀ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਖੇਤੀ ਦੀ ਜਿਹੜੀ ਇਹ ਕਿਸਮ ਹੈ ਇਹਦੇ ਵਿੱਚ ਕਿਹੜੀ-ਕਿਹੜੀ ਖੇਤੀ ਤੁਸੀਂ ਕਰ ਰਹੇ ਹੋ ਫਸਲਾਂ ਦੀ ਦੇਖੋ ਸੀਜ਼ਨ ਟੂ ਸੀਜ਼ਨ ਖੇਤੀ ਕਰਦੇ ਆ ਜੀ ਆਪਾਂ ਜਿਵੇਂ 6 ਮਹੀਨਾ ਸੀਜ਼ਨ ਹੁੰਦਾ ਜੀ ਖੇਤੀ ਕਰਨ ਦਾ ਠੀਕ ਹੈ ਜੀ ਜੇ ਇਹਦੇ ਵਿੱਚ ਦੇਖੋ ਹੁਣ ਸੀਜ਼ਨ ਜਿਵੇਂ ਅੱਗੇ ਵਾਲਾ ਰਹਿ ਜਾਂ ਪਿੱਛੇ ਜੋ ਖੇਤੀ ਕੀਤੀ ਆ ਆਪਾਂ ਜੇ ਕਣਕ ਆ ਗਈ ਸੀਗੀ ਸਰੋਂ ਆ ਗਈ ਸੀਗੀ ਉਦੋਂ ਛੋਲੇ ਆਗੇ ਕਾਬਲੀ ਛੋਲੇ ਮਸਰੀ ਸੌਂਫ ਜਮੈਨ ਇਹ ਸਾਰੀਆਂ ਆਪਾਂ ਆਲੂ ਆਗੇ ਆਰਗੈਨਿਕ ਇਹ ਆਪ ਦੇ ਖੇਤ ਦੇ ਵਿੱਚ ਆਪਾਂ ਕੀਤੀ ਕਰਦੇ ਆ ਜੀ ਆਪਾਂ ਕੁੱਲ 4 ਏਕੜ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਆ ਜੀ ਖੁਦ ਹੀ ਉਗਾਉਂਦੇ ਆ ਤੇ ਖੁਦ ਹੀ ਸੀਲ ਕਰਦੇ ਆ ਵੀਰ ਜੀ ਤੁਹਾਡੇ ਘਰ ਦੀ ਐਂਟਰੀ ਅਸੀਂ ਦੇਖ ਰਹੇ ਆ ਤੇ ਬੜੇ ਸੋਹਣੇ ਫੁੱਲ ਬੂਟੇ ਤੁਸੀਂ ਲਾਏ ਆ ਨਾਲ ਹੀ ਫਲਾਂ ਦੇ ਹਾਂਜੀ ਹਾਂਜੀ ਲਾਏ ਹੋਏ ਕੁਝ ਬੂਟੇ ਮਤਲਬ ਫੁੱਲਾਂ ਦਾ ਵੀ ਸ਼ੌਂਕ ਰੱਖਦੇ ਹੋ ਫਿਰ ਅਸੀਂ ਫੁੱਲਾਂ ਦਾ ਵੀ ਸ਼ੌਂਕ ਰੱਖਦੇ ਆ ਤੇ ਫੁੱਲਾਂ ਦਾ ਵੀ ਸ਼ੌਂਕ ਰੱਖਦੇ ਆ ਜਿਵੇਂ ਰਸਤਾ ਜੀ ਆਪਣਾ ਰਸਤੇ ਦੇ ਵਿੱਚ ਦੇਖੋ ਆਪ ਫਲ ਵੀ ਲਾਏ ਹੋਏ ਨੇ ਇਹ ਪਵਿੱਤਾ ਆਪਣਾ ਪੱਕਣ ਦੇ ਅਧਾਰੇ ਤੇ ਆ ਜੀ ਪਹਿਲਾਂ ਬਹੁਤ ਪਵਿੱਤੇ ਥਲੋ ਲੈ ਕੇ ਅਸੀਂ ਖਾਦੇ ਆ ਇਹਦੇ ਤੇ ਆਪਾਂ ਰਾਸਤੇ ਦੀ ਜਿਹੜੀ ਬਾਉਂਡਰੀ ਹੁੰਦੀ ਆ ਉਹਦੇ ਉੱਤੇ ਫਲਾਂ ਦੇ ਬੂਟੇ ਲਾਏ ਆ ਤੇ ਵੱੜਦੇ ਸਾਰੇ ਹੀ ਆਪਣੇ ਜਦੋਂ ਘਰ ਨੂੰ ਇੰਟਰ ਹੋਵੋਗੇ ਤਾਂ ਗੁਲਾਬ ਦੇ ਪੌਦੇ ਆਉਣਗੇ ਕਿ ਗੁਲਾਬ ਦੀ ਖੁਸ਼ਬੂ ਆਵੇ ਆਪਣੇ ਘਰੇ ਵੱਲ ਸਾਰ ਵੀ ਆਗਰ ਨੂੰ ਪਤਾ ਲੱਗੇ ਹਾਂ ਅਸੀਂ ਫਾਰਮ ਦੇ ਵਿੱਚ ਪਹੁੰਚੇ ਆ ਤੇ ਇਸੇ ਤਰ੍ਹਾਂ ਹੀ ਸਾਰੇ ਆਪਣੇ ਜੋ ਆਲੇ-ਦਾਲੇ ਬਗੀਚੀ ਲੱਗੀ ਆ ਸਾਰੇ ਕਦੇ ਫੁੱਲ ਬੂਟੇ ਫਲਾਂ ਵਾਲੇ ਬੂਟੇ ਸਾਰੇ ਲੱਗੇ ਹੋਏ ਆ ਜੀ ਮਤਲਬ ਇਹ ਫੀਲਿੰਗ ਆ ਰਹੀ ਹੈ ਵੀ ਆਪਾਂ ਫਾਰਮ ਹਾਊਸ ਦੇ ਵਿੱਚ ਪਹੁੰਚ ਗਏ ਹਾਂ। ਹਾਂਜੀ ਹਾਂਜੀ ਹਾਂਜੀ। ਸੋ ਨੂੰ ਆਪ ਨੂੰ ਕੁਸ਼ਬੋ ਆ ਰਹੀ ਹੋ ਗੁਲਾਬ ਦੀ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਜੀ। ਬਿਲਕੁਲ। ਬਹੁਤ ਸੋਹਣਾ ਲੱਗਦਾ ਆਲਾ ਦਵਾਲਾ। ਖੈਰ ਫੁੱਲਾਂ ਦਾ ਤਾਂ ਬਹੁਤ ਰੋਲ ਹੈ। ਹਾਂਜੀ ਹਾਂਜੀ। ਖੂਬਸੂਰਤੀ ਨੂੰ ਵਧਾਉਣ ਦੇ ਵਿੱਚ ਤੇ ਬਹੁਤ ਵਧੀਆ ਫੁੱਲ ਬੂਟੇ ਲਾਏ ਨੇ। ਮਿਰਜ ਜੀ ਗੱਲ ਕਰੀਏ ਆਰਗੈਨਿਕ ਖੇਤੀ। ਤੁਸੀਂ ਆਰਗੈਨਿਕ ਖੇਤੀ ਕਰਦੇ ਹੋ ਤੇ ਫਿਰ ਆਰਗੈਨਿਕ ਖੇਤੀ ਦੇ ਵਿੱਚ ਕਿਹੜੀ ਕਿਹੜੀ ਕਿਸਮ ਤੁਸੀਂ ਲਾਈ ਹੋਈ ਹੈ? ਆਪਣੇ ਕੋਲ ਦੇਖੋ ਜੀ ਕਾਬਲੀ ਚਨੇ ਆ ਗਏ। ਠੀਕ ਹੈ। ਇਹ ਲਾਏ ਹੋਏ ਇਸ ਤਰ੍ਹਾਂ ਲਾਇ ਹੋਇਆ ਜੀ ਆਪਣੇ ਕੋਲੇ ਤੇ ਕਾਲੇ ਚ ਚਨੇ ਆ ਗਏ ਜਿਵੇਂ ਦੇਖੋ ਪਹਿਲਾਂ ਸੇਲ ਕਰਨ ਦੀ ਗੱਲ ਕਰੀਏ ਤਾਂ ਆਪਾਂ ਪਹਿਲਾਂ ਜੋ ਛੋਲੂਆ ਵੇਚਿਆ ਜੀ ਹਾਂਜੀ ਛੋਲੂਆ ਸੇਲ ਕਰਿਆ ਜੀ ਉਸ ਤੋਂ ਬਾਅਦ ਹੁਣ ਜੋ ਪੱਕ ਗਿਆ ਇਹਨੂੰ ਅਸੀਂ ਪ੍ਰੋਸੈਸਿੰਗ ਕਰਾਂਗੇ ਜੀ ਉਸ ਤੋਂ ਬਾਅਦ ਦਾਲ ਵੀ ਦਲਾਂਗੇ ਜੀ ਇਹਦਾ ਬੇਸਨ ਵੀ ਬਣੂਗਾ ਜੀ ਛੋਲੂਏ ਦਾ ਇਸ ਤਰ੍ਹਾਂ ਕਰਕੇ ਇਹਨੂੰ ਤਿੰਨ ਚਾਰ ਸਟੇਜਾਂ ਦੇ ਵਿੱਚ ਛੋਲੂਆ ਬੰਡਿਆ ਜਾਂਦਾ ਜੀ ਠੀਕ ਹੈ ਇਹਦੇ ਵਿੱਚ ਫਿਰ ਇੱਕ ਤੁਸੀਂ ਕਹਿ ਰਹੇ ਹੋ ਕਾਲੇ ਛੋਲੇ ਆ ਤੇ ਇੱਕ ਕਾਬਲੀ ਛੋਲੇ ਕਾਬਲੀ ਛੋਲੇ ਹਾਂਜੀ ਠੀਕ ਹੈ ਦੋ ਦੋ ਕਿਸਮਾਂ ਆ ਗਈਆਂ ਜੀ ਤੇ ਦਾਲਾਂ ਜਿਵੇਂ ਤੁਸੀਂ ਅ ਛੋਲਿਆਂ ਤੋਂ ਇਲਾਵਾ ਕੋਈ ਦਾਲਾਂ ਵੀ ਵੇਚਦੇ ਹੋ ਦਾਲਾ ਜਿਵੇਂ ਮਸਰੀ ਦੀ ਦਾਲ ਆ ਗਈ ਜੀ ਅੱਛਾ ਜੀ ਹਾਂਜੀ ਹਾਂਜੀ ਮਾਂ ਆ ਗਈ ਇਸ ਤਰ੍ਹਾਂ ਦਾਲਾਂ ਸਾਰੀਆਂ ਵੇਚਦੇ ਆ ਜੀ ਉਦੋਂ ਮੂੰਗੀ ਆ ਗਈ ਮੂੰਗੀ ਹੁਣ ਲਾਵਾਂਗੇ ਜੀ ਆਪਾਂ ਇਹ ਸੀਜ਼ਨ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਦਾਲਾਂ ਤੋਂ ਇਲਾਵਾ ਫਿਰ ਸਬਜ਼ੀਆਂ ਸਬਜ਼ੀਆਂ ਜਿਵੇਂ ਹੁਣ ਗਾਜਰਾਂ ਮੁੱਕ ਗਈਆਂ ਜੀ ਇਸ ਬਾਅਦ ਆਪਾਂ ਕੋਲੇ ਜਿਹੜੀ ਪੀਲੀ ਗਾਜਰ ਉਹ ਤਾਂ ਹੈਗੀ ਆ ਜੀ ਅੱਛਾ ਜੀ ਹਾਂਜੀ ਚੱਲ ਰਹੀ ਆ ਤੇ ਬਾਕੀ ਜਿਹੜੇ ਲਾਲ ਗਾਜਰ ਤੇ ਕਾਲੀ ਗਾਜਰ ਉਹ ਖਤਮ ਹੋ ਗਈ ਵੀਰ ਜੀ ਆਪਾਂ ਦੇਖਿਆ ਵੀ ਤੁਸੀਂ ਕਾਬਲੀ ਛੋਲੇ ਵੀ ਬੀਜੇ ਰਹੇ ਹਾਂਜੀ ਤੇ ਜੇ ਕਿਸੇ ਨੇ ਨਵਾਂ ਇਹ ਕੰਮ ਸਟਾਰਟ ਕਰਨਾ ਹੈ ਜਿਵੇਂ ਉਹਦੇ ਲਈ ਫਿਰ ਕੋਈ ਤੁਸੀਂ ਦੱਸੋਗੇ ਵੀ ਕਿਹੜਾ ਮੌਸਮ ਸਹੀ ਹੁੰਦਾ ਹੈ ਜਾਂ ਮਿੱਟੀ ਹੈ ਜਿਹੜੀ ਉਹ ਕਿਸੇ ਵਿਸ਼ੇਸ਼ ਕਿਸਮ ਦੀ ਹੁੰਦੀ ਹੈ ਇਸ ਚੀਜ਼ ਲਈ ਜੀ ਦੇਖੋ ਇਹ ਜਿਹੜੀ ਫਸਲਾਂ ਆ ਗਈਆਂ ਬਰਾਨੀ ਕਹਿੰਦੇ ਨੇ ਇਹਨੂੰ ਹਾਂਜੀ ਬਰਾਨੀ ਪਰ ਜਦੋਂ ਆਪਾਂ ਪੰਜਾਬ ਦੇ ਵਿੱਚ ਇੱਥੇ ਆਪਾਂ ਛੋਲੇ ਲਾਉਣਾ ਇਹਨਾਂ ਨੂੰ ਪਾਣੀ ਹੀ ਲਾਉਣਾ ਪੈਂਦਾ ਜਿਹੜੀ ਬਜਾਈ ਦੀ ਬੀਜੇ ਉਹ ਵਿੱਚ ਜਿਹੜੀ ਐਤ ਕੀ ਦਾ ਮੀਂਹ ਵੀ ਨਹੀਂ ਪਿਆ ਅੱਛਾ ਬਿਲਕੁਲ ਇੱਕ ਵਾਰ ਵੀ ਨਹੀਂ ਫਿਰ ਪਾਣੀ ਲਾਉਣਾ ਨਹੀਂ ਕੋਈ ਸਪਰੇ ਨਹੀਂ ਕਰੀ ਆਪਾਂ ਕੋਈ ਇਹਨੂੰ ਪਾਣੀ ਲਾਇਆ ਜੀ ਕੁਛ ਨਹੀਂ ਕਰਿਆ ਜੀ ਉਸ ਤਰ੍ਹਾਂ ਹੀ ਖੜਿਆ ਹੈ ਵੀਰ ਜੀ ਜਿਵੇਂ ਦਾਲਾਂ ਦੀ ਗੱਲ ਕਰੀਏ ਤਾਂ ਮਸਰ ਦੀ ਦਾਲ ਹੈ ਜਿਹੜੀ ਉਹਨੂੰ ਲਾਉਣ ਦਾ ਸਮਾਂ ਕੀ ਹੈ ਤੇ ਉਹਦੀ ਦੇਖਭਾਲ ਕਿਵੇਂ ਕਰਨੀ ਹੈ ਦੇਖੋ ਜਦੋਂ ਆਪਾਂ ਇਹ ਮਸਰ ਦੀ ਦਾਲ ਬੀਜਦੇ ਆ ਜੀ ਇਹ ਸ਼ੋਲੇ ਨੂੰ ਕੁਝ ਟਾਈਮ ਪਹਿਲਾਂ ਆ ਜਾਂਦੀ ਹੈ ਜਦੋਂ ਆਪਾਂ ਕਣਕ ਦੀ ਬਿਜਾਈ ਕਰਦੇ ਆ ਉਸੇ ਟਾਈਮ ਹੀ ਲੱਗ ਜਾਂਦੀਆਂ ਨੇ ਚਾਹੇ ਸ਼ੋਲੇ ਕਹਿ ਲੋ ਚਾਹੇ ਮਸਰ ਕਹਿ ਲੋ ਇਹ ਉਸੇ ਟਾਈਮ ਹੀ ਬਿਜਾਈ ਹੁੰਦੀ ਆ ਆ ਕਣਕ ਨਾਲੋਂ ਪਹਿਲਾਂ ਜਾਂਦੇ ਆ ਜੀ ਇਹ ਠੀਕ ਹੈ ਜੀ ਇਹਨਾਂ ਦੀ ਕੋਈ ਦੇਖਭਾਲ ਆਰਗੈਨਿਕ ਦੇ ਵਿੱਚ ਲੋੜ ਨਹੀਂ ਪੈਂਦੀ ਥੋੜੀ ਸਿੱਧੀ ਬੀਜਣੀ ਪੈਂਦੀ ਹੈ ਜੀ ਇਹ ਜੇ ਆਪਾਂ ਗੱਲ ਕਰੀਏ ਜਿਵੇਂ ਕਾਬਲੀ ਸ਼ੋਲੇ ਤੇ ਕਾਲੇ ਸ਼ੋਲੇ ਜੀ ਹਾਂਜੀ ਇਹਨਾਂ ਦਾ ਫਰਕ ਆ ਜਿਵੇਂ ਕਾਬਲੀ ਸ਼ੋਲਿਆਂ ਦਾ ਝਾੜ ਥੋੜਾ ਜਿਹਾ ਘੱਟ ਹੁੰਦਾ ਤੇ ਕਾਲੇ ਸ਼ੋਲੇ ਦਾ ਝਾੜ ਵੱਧ ਹੁੰਦਾ ਜੀ ਰੇਟ ਦੇ ਵਿੱਚ ਵੀ ਡਿਫਰੈਂਸ ਆ ਜ ਜਿਵੇਂ ਕਾਬਲੀ ਛੋਲੇ ਦਾ ਆਪਾਂ 200 ਰੁਪਏ ਕਿਜੀ ਵੇਚਦੇ ਆ ਜੀ। ਅੱਛਾ ਜੀ। ਤੇ ਜਿਹੜੇ ਕਾਲੇ ਛੋਲੇ ਆ 150 ਰੁਪਏ ਕਿਜੀ ਵੇਚਦੇ ਆ ਜੀ। ਮੇਰੇ ਖਿਆਲ ਨਾਲ ਆਪਣੇ ਏਰੀਆ ਦੇ ਵਿੱਚ ਜਿਹੜੇ ਕਾਬਲੀ ਛੋਲੇ ਨੇ ਉਹ ਇੱਕ ਨਵੀਂ ਚੀਜ਼ ਐ। ਤੇ ਕੀ ਇਹਦੇ ਵਿੱਚ ਮੁਨਾਫਾ ਹੋ ਰਿਹਾ ਕਿਸਾਨਾਂ ਨੂੰ? ਮਤਲਬ ਆਪਾਂ ਨੂੰ ਲਾਉਣੇ ਚਾਹੀਦੇ ਨੇ। ਦੇਖੋ ਜੇ ਤਾਂ ਆਰਗੈਨਿਕ ਖੇਤੀ ਕਰਦੇ ਆ ਜੀ ਆਪਾਂ। ਹਾਂਜੀ। ਇਹਦਾ ਮੰਡੀਕਰਨ ਆਪ ਨੂੰ ਕਰਨਾ ਪਊਗਾ। ਜੇ ਕਈ ਆਰਗੈਨਿਕ ਖੇਤੀ ਕਰਕੇ ਆਪਾਂ ਮੰਡੀ ਚ ਲੈ ਜਾ ਕੇ ਵੇਚ ਦਾਂਗੇ ਫਿਰ ਤੁਹਾਨੂੰ ਕਈ ਕੁਝ ਬਚੀਦਾ ਜੀ। ਜੇ ਤੁਸੀਂ ਇਹੀ ਆਪ ਮੰਡੀ ਕਰੋਗੇ ਆਪ ਵੇਚੋਗੇ ਫਿਰ ਤਾਂ ਇਹ ਨਹੀਂ ਪਤਾ ਕਿ ਤੁਹਾਡਾ 3 ਲੱਖ ਰੁਪਏ ਦਾ ਕਿਲੇ ਤੱਕ ਵੀ ਨਿਕਲ ਜਾਂਦੇ ਆ ਆ ਦੇਖੋ ਜੀ ਇੱਧਰ ਆਪਾਂ ਜੋ ਮਲਚਿੰਗ ਵਾਲੇ ਆਲੂ ਲਾਏ ਆ ਜੀ ਇਹਦੇ ਬੇਲ ਵਰਤੇ ਇਹਦੇ ਸੰਦੇ ਆਲੂ ਆ ਦੇਖੋ ਜੀ ਇਹਦੇ ਕੋਈ ਕੈਮੀਕਲ ਨਹੀਂ ਪਾਇਆ ਆਪਾਂ ਕੋਈ ਰੇ ਨਹੀਂ ਪਾਇਆ ਦੇਖੋ ਇਹ ਬਹੁਤ ਜੇ ਕਿਸੇ ਲੈਣੇ ਹੋਣਾ ਤਾਂ ਆਪਣਾ ਨੰਬਰ ਵੀਡੀਓ ਦੇ ਉੱਪਰ ਹੈਗਾ ਜੀ ਮਜਾ ਸਕਦਾ ਆਪਣੇ ਕੋਲ ਫਾਰਮ ਤੋਂ ਆ ਕੇ ਆਲੂ ਜੀ ਵੀਰ ਜੀ ਗੱਲ ਹੋ ਗਈ ਦਾਲਾਂ ਦੀ ਤੇ ਹੁਣ ਮੈਨੂੰ ਤੁਹਾਡੇ ਖੇਤ ਦੇ ਵਿੱਚ ਸੌਫ ਤੇ ਜਵੈਨ ਦੇ ਪੌਦੇ ਵੀ ਨਜ਼ਰ ਆ ਰਹੇ ਨੇ ਫਿਰ ਤੁਸੀਂ ਮਸਾਲਿਆਂ ਦੀ ਖੇਤੀ ਵੀ ਕਰ ਰਹੇ ਹੋ ਹਾਂਜੀ ਜਿਵੇਂ ਜਿਵੇਂ ਆਪਾਂ ਦੇਖੋ ਆਪਣੇ ਕੋਲ ਸੌਫ ਲੱਗੀ ਹੋਈ ਆ ਜਵੈਨ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਕਸ਼ਬੂ ਵੀ ਇਹਦੇ ਵਿੱਚ ਆ ਰਹੀ ਆ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਜਿਵੇਂ ਹਲਦੀ ਦੀ ਮਸਾਲੇ ਹਲਦੀ ਆ ਗਈ ਧਨੀਆ ਪਾਊਡਰ ਆ ਗਿਆ ਇਹ ਵੀ ਆਪਾਂ ਖੇਤੀ ਕਰਦੇ ਆ ਇਨਾਂ ਨਾਲ ਜਿਵੇਂ ਹਲਦੀ ਆਪਾਂ ਪੱਟ ਕੇ ਰੱਖ ਚੁੱਕੇ ਆ ਜੀ ਟਣੀਆਂ ਖੇਤ ਵੱਡਣ ਵਾਲਾ ਜੀ ਪੱਕਿਆ ਪਿਆ ਜੀ ਠੀਕ ਹੈ ਫਿਰ ਜੀ ਫਿਰ ਇੰਨਾ ਚੀਜ਼ਾਂ ਦੇ ਲਈ ਤੁਹਾਨੂੰ ਕੋਈ ਖਾਸ ਕਿਸਮ ਦੀ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਮਤਲਬ ਇਹ ਫਿਰ ਤੁਸੀਂ ਕਿੱਥੋਂ ਟ੍ਰੇਨਿੰਗ ਲੈਂਦੇ ਹੋ ਇੰਨਾ ਚੀਜ਼ਾਂ ਦੀ ਇਹਦੀ ਟ੍ਰੇਨਿੰਗ ਜਿਵੇਂ ਦੇਖੋ ਜੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਆਰਗੈਨਿਕ ਫਾਰਮਿੰਗ ਸਕੂਲ ਬਣਿਆ ਹੋਇਆ ਜੀ ਅੱਛਾ ਜੀ ਉੱਥੋਂ ਵੀ ਟ੍ਰੇਨਿੰਗ ਮਿਲਦੀ ਆ ਕੇਬੀਕੇ ਜਿਹੜੇ ਖੇਤਰ ਨੇ ਆਪਣੇ ਜਿਵੇਂ ਹੰਡਿਆਇਆ ਸੰਗਰੂਰ ਵੀ ਬਣਿਆ ਹੋਇਆ ਖੇੜੀ ਸਾਹਿਬ ਜੀ ਉੱਥੇ ਵੀ ਟ੍ਰੇਨਿੰਗ ਕਰ ਦਿੱਤੀ ਜਾਂਦੀਆਂ ਨੇ ਕਲਾਸਾਂ ਲੱਗਦੀਆਂ ਨੇ ਸਰਟੀਫਿਕੇਸ਼ਨ ਹੁੰਦੀ ਆ ਜੀ ਵਿਰਦੀ ਜਿਵੇਂ ਹਲਦੀ ਦੀ ਗੱਲ ਕੀਤੀ ਹੈ ਤਾਂ ਜੇ ਕਿਸੇ ਨੇ 1 ਜਾਂ 2 ਏਕੜ ਤੋਂ ਸਟਾਰਟ ਕਰਨੀ ਹੈ ਫਿਰ ਉਹਦੇ ਲਈ ਕੋਈ ਟ੍ਰੇਨਿੰਗ ਜਿਹੜੀ ਆ ਉਹ ਯੂਨੀਵਰਸਿਟੀ ਵੱਲੋਂ ਕੋਈ ਟ੍ਰੇਨਿੰਗ ਪ੍ਰੋਵਾਈਡ ਕਰਵਾਈ ਜਾਂਦੀ ਹੈ ਮਤਲਬ ਜਾਂ ਉਹਦੇ ਬੀਜ ਹੈ ਉਹ ਵੀ ਯੂਨੀਵਰਸਿਟੀ ਵੱਲੋਂ ਦਿੱਤੇ ਜਾਂਦੇ ਨੇ ਹਾਂਜੀ ਜੇ ਆਪਾਂ ਯੂਨੀਵਰਸਿਟੀ ਦੇ ਵਿੱਚ ਆਪਣਾ ਕੋਰਸ ਕਰਾਂਗੇ ਜੀ ਤਾਂ ਆਪਾਂ ਨੂੰ ਬੀ ਵੀ ਦਿੰਦੇ ਆ ਤੇ ਬੀ ਆਪਾਂ ਖਰੀਦ ਵੀ ਸਕਦੇ ਆ ਜਾਂ ਕਿਸੇ ਕਿਸਾਨ ਕੋਲੋਂ ਵੀ ਖਰੀਦ ਸਕਦੇ ਆ ਜੀ ਜਿਵੇਂ ਸਾਡੇ ਉਰੇ ਨੇੜੇ ਪਿੰਡ ਕੱਟੂ ਆ ਜੀ ਉੱਥੇ ਇੱਕ ਮੁੰਡਾ ਖੇਤੀ ਕਰਦਾ 8 ਨੁਕਿਲਾਂ ਦੇ ਵਿੱਚ ਹਲਦੀ ਹਲਦੀ ਦੀ ਉਹਦੇ ਪ੍ਰੋਸੈਸਿੰਗ ਜੁਨਟ ਵੀ ਆਪਦਾ ਲੱਗਿਆ ਹੋ अच्छा जो हल्दी ਨੂੰ ਹੀਟ ਦੇਣੀ ਹੈ ਜੀ ਉਹ ਵੀ ਪ੍ਰੋਫੈਸ਼ਨਲ ਜੁਨਟ ਉਹਦਾ ਆਪ ਦਾ ਲੱਗਿਆ ਹੋਇਆ ਆਪ ਹੀ ਸੇਲ ਕਰਦਾ ਬਹੁਤ ਉੱਚ ਪੱਧਰ ਤੇ ਕਰਦਾ ਜਿਵੇਂ ਅਸੀਂ ਆਗੇ ਅਸੀਂ ਕੁਝ ਹੋਰ ਤਰੀਕੇ ਨਾਲ ਕਰਦੇ ਹਾਂ ਉਹਦਾ ਤਾਂ ਜਿਹੜਾ 5-7 ਕਿਲੋ ਦੇ ਹਾਈ ਲੈਵਲ ਤੇ ਕਰਨਾ ਉਹ ਤਾਂ ਕੈਮੀਕਲ ਵਾਲੀ ਕਰੂਗਾ ਅਸੀਂ ਆਰਗੈਨਿਕ ਕਰਦੇ ਹਾਂ ਅਸੀਂ ਕਰਨਾ ਹਲਦੀ ਬੀਜ ਕੇ ਉਹਦੇ ਉੱਪਰ ਪਰਾਲੀ ਪਾ ਦੇਣੀ ਹੈ ਅੱਛਾ ਜੀ ਅੱਧਾ-ਅੱਧਾ ਫੁੱਟ ਪਰਾਲੀ ਨਾਲ ਸਾਰੀਆਂ ਬੱਟਾ ਸਾਰਾ ਕੁਸ ਲੁਕਾ ਲੁਕਾ ਦੇਣਾ ਜੀ ਕੀ ਉਹਦੇ ਵਿੱਚ ਨਦੀਨ ਨਾ ਹੋ ਸਕੇ ਠੀਕ ਹੈ ਜੀ ਨਦੀਨਾਂ ਤੋਂ ਰੋਕਥਾਂ ਹੋ ਜਾਂਦੀ ਹੈ ਜੀ ਪਰਾਲੀ ਨਾਲ ਉਦੋਂ ਬਾਅਦ ਕੀ ਆ ਉਹਦੇ ਵਿੱਚੋਂ ਥੱਲੋਂ ਗਡੋਹਾ ਆ ਜਾਂਦਾ ਜੀ ਅੱਛਾ ਜੀ ਗੰਡੂਆ ਹੋਣ ਨਾਲ ਉਹਨੂੰ ਬੱਟ ਨੂੰ ਪੋਲੀ ਰੱਖਦਾ ਹਲਦੀ ਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਜੀ ਦੇਖੋ ਇਹ ਤਾਂ ਹੋ ਗਈ ਆਪਣੀ ਆਰਗੈਨਿਕ ਹਾਂਜੀ ਜਿਹੜੇ ਜੇ ਤੁਸੀਂ ਪੁੱਛਿਆ ਵੀ ਜੇ ਕਿਸੇ ਨੇ ਵੱਧ ਕਰਨੀ ਹੋਵੇ ਤਾਂ ਉਹਨੂੰ ਕੀ ਆਓ ਫਿਰ ਹਲਦੀ ਉਹਨੂੰ ਵੱਡੇ ਲੈਵਲ ਤੇ ਲਾਉਣੀ ਪਊ ਪ੍ਰੋਸੈਸ ਜੁਨਟ ਵੱਡੇ ਲਾਉਣੇ ਪੈਣਗੇ ਤਾਂ ਇਸ ਤਰ੍ਹਾਂ ਕਰਕੇ ਜਿਵੇਂ ਉਹ ਕਰ ਸਕਦਾਗਾ ਕੋਈ ਘਾਟੇ ਵਾਲਾ ਕੰਮ ਨਹੀਂ 2-2 ਲੱਖ 3-3 2.5 ਲੱਖ ਰੁਪਏ ਦਾ ਕਦੀ ਹਲਦੀ ਪਰ ਏਕੜ ਦੀ ਹੋ ਜਾਂਦੀ ਹੈ ਜੀ ਬਿਰਜੀ ਆਰਗੈਨਿਕ ਖੇਤੀ ਦੀ ਗੱਲ ਕਰੀਏ ਤਾਂ ਜੇ ਕਿਸੇ ਨੇ ਸਟਾਰਟ ਕਰਨਾ ਹੈ ਤਾਂ ਫਿਰ ਉਹਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਹੈ ਦੇਖੋ ਜੇ ਆਰਗੈਨ ਖੇਤੀ ਆਪਾਂ ਸਟਾਰਟ ਕਰਨੀ ਹੈ ਜੀ ਅੱਜ ਤਾਂ ਘਟੋ ਘਾਟਾ ਆਪਾਂ 1 ਇਕੜ ਤੋਂ ਕਰੋ ਜੀ ਠੀਕ ਹੈ ਜੀ 1 ਇਕੜ ਦਾ ਕੀ ਆ ਵੀ ਆਪਦੇ ਪਰਿਵਾਰ ਲਈ ਕਰੋ ਉਸ ਤੋਂ ਬਾਅਦ ਕੀ ਆ ਪੰਜਾਬ ਐਗਰੋ ਉਹਦਾ ਹਾਰਾ ਇੱਕ ਉਹ ਆਪਣੀ ਸਰਟੀਫਿਕੇਸ਼ਨ ਕਰਦੀ ਹੈਗੀ ਜੀ ਪੰਜਾਬ ਐਗਰੋ ਜੀ ਉਹ ਆਪਣੀ ਮਿੱਟੀ ਵੀ ਟੈਸਟ ਕਰੂਗੀ ਆਪਣੇ ਖੇਤ ਗੇੜਾ ਵੀ ਮਾਰਦੀ ਆ ਤੇ ਉਹ ਤਿੰਨ ਸਾਲਾਂ ਬਾਅਦ ਆਪਾਂ ਨੂੰ ਸਰਟੀਫਿਕੇਸ਼ਨ ਦੇਊਗੀ ਜੀ ਠੀਕ ਹੈ ਜੀ ਤੇ ਜਦੋਂ ਆਪਰ ਕੋ 3 ਸਾਲ ਹੋ ਗਏ ਆਪਾਂ ਨੂੰ ਆਰਗੈਨ ਖੇਤੀ ਕਰਦਿਆਂ ਨੂੰ ਉਹ ਘੱਟੋ ਘੱਟ 1.5 ਕਿੱਲੇ ਦੀ ਆਰਗੈਨ ਖੇਤੀ ਜਾਂ 2 ਕਿੱਲੇ ਦੀ ਆਰਗੈਨ ਖੇਤੀ ਸਰਟੀਫਿਕੇਟ ਕਰਦੀ ਆ ਜੀ ਫਿਰ ਦੋ ਆ ਮੰਡੀਕਰਨ ਕਰਨਾ ਜੀ ਆਪਾਂ ਜਾਂ ਜਿਵੇਂ ਸਾਡੀ ਸੋਸਾਇਟੀ ਬਣੀ ਹੋਈ ਆ ਬਰਨਾਲਾ ਨੇਚਰ ਹਾਊਸ ਸੋਸਾਇਟੀ ਉਦੋਂ ਮੈਂ ਪ੍ਰਧਾਨ ਆ ਜੀ ਬਰਨਾਲੇ ਜ਼ਿਲ੍ਹੇ ਦਾ ਤੇ ਉਹਦੇ ਵਿੱਚ ਕੀ ਅਸੀਂ ਮੰਡੀ ਵੀ ਲਾਉਣੇ ਆ ਹਰ ਬੁੱਧਵਾਰ ਨੂੰ ਜੀ ਉੱਥੇ ਵੀ ਸੇਲ ਹੁੰਦੀ ਆ ਤੇ ਆਪਣੇ ਘਰੋਂ ਵੀ ਸੇਲ ਹੁੰਦੀ ਆ ਸੰਗਰੂਰ ਮੰਡੀ ਲੱਗਦੀ ਆ ਉੱਥੋਂ ਵੀ ਜਾ ਕੇ ਸੇਲ ਹੁੰਦੀ ਆ ਆਪਾਂ ਕਰ ਸਕਦੇ ਆ ਇਹਦੇ ਵਿੱਚ ਕੀ ਹੈ ਜਿਵੇਂ ਆਪਾਂ 2 ਏਕੜ ਚ ਕਰਨ ਲੱਗੇ ਜੀ ਔਰਗਨ ਖੇਤੀ ਉਹਨੂੰ ਭਾਗਾ ਜ ਬਣਨਾ ਉਹ ਆਪਾਂ ਨੂੰ ਕਨਾਲਾਂ ਚ ਖੇਤੀ ਕਰਨੀ ਪਊਗੀ ਕਿੱਲਿਆਂ ਚ ਨਹੀਂ ਹੂੰ ਹੂੰ ਜਦੋਂ ਆਪਾਂ ਆਪ ਸ਼ੇਲ ਕਰਨੇ ਆ ਤਾਂ ਆਪਾਂ ਕਿੱਲਿਆਂ ਚ ਨਹੀਂ ਕਰ ਸਕਦੇ ਕਨਾਲਾਂ ਚ ਕਰਨੀ ਪਊਗੀ ਜਿਵੇਂ ਇੱਕ ਨਾਲ ਹਲਦੀ ਲਾਤੀ ਹੂੰ ਹੂੰ ਤੇ ਥੋੜੀ ਜੀ ਇੱਕ ਕਨਾਲ ਦੇ ਵਿੱਚੋਂ ਦੋ ਹਿੱਸੇ ਤਿੰਨ ਹਿੱਸੇ ਵੰਡਦੇ ਆਪਾਂ ਸੌਫ ਜਮੈਨ ਐਲਸੀ ਦੇ ਹੂੰ ਹੂੰ ਇਸ ਤਰ੍ਹਾਂ ਕੀ ਆਪਾਂ ਉਹਨੂੰ ਵੇਚ ਸਕੀਏ ਵਧੀਆ ਰੇਟ ਤੇ ਜਿਵੇਂ ਕੋਈ ਛੋਲੇ ਹੋ ਗਏ ਜੀ ਦੋ ਤਿੰਨ ਕਨਾਲਾਂ ਛੋਲਿਆਂ ਦੀਆਂ ਹੋ ਗਈਆਂ ਜੇ ਹੁਣ ਅੱਜ ਹੀ ਛੋਲਿਆਂ ਦਾ ਕਿੱਲਾ ਲੈ ਲ ਇਸ ਕਰਕੇ ਜਿਹੜੀ ਔਰਕਨ ਖੇਤੀ ਆ ਉਹ ਛੋਟੇ ਲੈਵਲ ਤੋਂ ਕਰਨ ਜੇ ਦੋ ਜਿਵੇਂ ਜਿਵੇਂ ਆਪਣੇ ਨਾਲ ਗਾਹਕ ਜੁੜ ਰਹੇ ਆ ਜੀ ਜਿਵੇਂ ਜਿਵੇਂ ਆਪਾਂ ਤੋਂ ਮੰਗ ਹੋ ਰਹੀ ਆ ਉਸ ਤਰ੍ਹਾਂ ਨੂੰ ਹੌਲੀ ਹੌਲੀ ਵਧਾਉਂਦੇ ਜਾਓ ਜੀ ਠੀਕ ਹੈ ਵੀਰ ਜੀ ਜਿਵੇਂ ਛੋਟੇ ਕਿਸਾਨ ਆ ਫਿਰ ਸਰਕਾਰ ਵੱਲੋਂ ਕੋਈ ਸਬਸਿਡੀ ਜਾਂ ਕੋਈ ਸਹਾਇਤਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਨਹੀਂ ਸਰਕਾਰ ਵੱਲੋਂ ਤਾਂ ਹਾਲ ਫਿਰ ਹਾਲ ਤੱਕ ਤਾਂ ਨਹੀਂ ਦਿੱਤੀ ਜਾਂਦੀ ਜੀ ਜਿਵੇਂ ਸਰਕਾਰ ਵੱਲੋਂ ਤਾਂ ਇਹ ਸਹਾਇਤਾ ਦਿੱਤੀ ਨੇ ਜਿਵੇਂ ਸਾਨੂੰ ਬਰਨਾਲੇ ਸਰਕਾਰ ਵੱਲੋਂ ਜਿਵੇਂ ਡੀਸੀ ਮੈਡਮ ਵੱਲੋਂ ਜਾਂ ਖੇਤੀਬਾੜੀ ਵਿਭਾਗ ਵੱਲੋਂ ਇੱਕ ਆਪਾਂ ਨੂੰ ਦੁਕਾਨ ਦਿੱਤੀ ਗਈ ਆ ਜੀ अच्छा जी मार्केट कमेटी ਦਾ ਦਫ਼ਤਰ ਦੇ ਵਿੱਚ ਉਹਨੂੰ ਹੌਲੀ-ਹੌਲੀ ਅਸੀਂ ਪਾਉਣਾ ਸ਼ੁਰੂ ਕਰਾਂਗੇ ਜੀ ਉਦੋਂ ਦਾ ਆਪਣੀ ਇੱਕ ਬਰਨਾਲੇ ਦੇ ਵਿੱਚ ਦੁਕਾਨ ਹੋ ਜੂ ਕਿਸਾਨ ਹਟ ਉੱਥੇ ਕਿ ਜਿੰਨੇ ਔਰਗਨ ਖੇਤੀ ਕਰਦੇ ਬਰਨਾਲੇ ਜ਼ਿਲ੍ਹੇ ਦੇ ਆਪਾਂ ਸਾਰੇ ਸਮਾਨ ਰੱਖ ਕੇ ਆਪਦਾ ਵੇਚ ਸਕਦੇ ਆ ਚਾਹੇ ਦੁੱਧ ਲਾ ਲਓ ਚਾਹੇ ਪਨੀਰ ਲਾ ਲਓ ਚਾਹੇ ਸਬਜ਼ੀਆਂ ਲਾ ਲਓ ਕੁਝ ਵੀ ਲਾਓ ਹਰ ਇੱਕ ਚੀਜ਼ ਅਸੀਂ ਵੇਚ ਸਕਦੇ ਹਾਂ ਇਹ ਮੇਜਿਕ ਜੇ ਆਪਾਂ ਖੇਤੀ ਕਰੀ ਤਾਂ ਉਹਦੇ ਵਿੱਚ ਸਬਜ਼ੀਆਂ ਵੀ ਜੇ ਹੁਣ ਆਪਾਂ ਕਈ ਵੀ ਅੱਧਾ ਕਿੱਲਾ ਕਦੂਆਂ ਦਾ ਲਾ ਲਿਆ ਤਾਂ ਫੇਲ ਹੋ ਤੁਸੀਂ ਉਹਦੇ ਵਿੱਚ ਥੋੜੀਆਂ ਬੇਲਾਂ ਕਦੂਆਂ ਦੀਆਂ ਹਰ ਇੱਕ ਸਬਜ਼ੀ ਹੋਵੇ ਥੋੜੀ ਕੋ ਵਰਾਈਟੀ ਹਰ ਇੱਕ ਮਤਲਬ ਛੋਟੇ ਲੈਵਲ ਤੋਂ ਹਾਂ ਛੋਟੇ ਲੈਵਲ ਤੋਂ ਕਿ ਤੁਸੀਂ ਅੱਜ ਲੈ ਕੇ ਗਏ ਹੋ ਥੋੜੇ 2 5 5-5 ਕਿਲੋ ਚੀਜ਼ ਲੈ ਕੇ ਗਏ ਮੰਡੀ ਦੇ ਵਿੱਚ ਥੋੜੀ ਸਾਰੀ ਵਿਕ ਜੇ ਇਹਦੇ ਨਾਲ ਕੀ ਆ ਜੀ ਤੁਹਾਨੂੰ ਆਰਟੀਕਲੇ ਜਾਣ ਦੀ ਲੋੜ ਨਹੀਂ ਤੇ ਤੁਹਾਡੇ ਕੋਲੇ ਆਪਦੇ ਰੋਜ਼ਾਨਾ ਡੇਲੀ ਦੇ ਪੈਸੇ ਆਈ ਜਾਂਦੇ ਨੇ ਤੇ ਘਰ ਦੇ ਖਰਚ ਚੱਲ ਜਾਂਦੇ ਨੇ ਵਧੀਆ ਕਿਸਾਨ ਆ ਜਰੂਰ ਖਸਾਲ ਆ ਬਾਕੀ ਕੀ ਆ ਆਪਦੇ ਪਰਿਵਾਰ ਨੂੰ ਦੇਖੋ ਆਰਗੈਨਿਕ ਚੀਜ਼ ਖਵਾ ਰਹੇ ਆ ਸੋ ਨੂੰ ਆਪ ਨੂੰ ਵੀ ਪਤਾ ਜੀ ਖੁਦ ਅਸੀਂ ਆਪ ਕਿਸਾਨ ਆਗੇ ਵੀ ਕਿੰਨੀ ਇੱਕ ਜੇ ਜਹਿਰਾ ਪੈਂਦੀ ਆ ਬਿਲਕੁਲ ਬਹੁਤ ਜ਼ਰਾ ਪੈਂਦੀਆਂ ਜੀ ਬਹੁਤ ਜ਼ਹਿਰੀਲੀਆਂ ਦਵਾਈਆਂ ਕਰਦੇ ਆ ਕਣਕਾਂ ਦੇ ਉੱਪਰ ਪਰ ਹੋ ਜਾਂਦੀ ਆ ਝਾੜ ਘਟਦਾ ਜਿਨ੍ਹਾਂ ਨੂੰ ਗਿਆਨ ਆ ਉਹ ਪੈਸੇ ਵੀ ਭਰਦੇ ਆ ਜੇ ਅੱਜ ਕਰੀਏ ਕੈਮੀਕਲ ਵਾਲੀ ਕਣਕ ਦਾ ਰੇਟ ਕਰੀਏ ਤਾਂ 23 ਰੁਪਏ ਇਹ ਪਲੱਸ ਪੈਂਦਾ ਜੀ ਕਿਲੋ ਦਾ ਜੇ ਆਪਾਂ ਆਰਗੈਨਿਕ ਵਾਲੀ ਦਾ ਕਰੀਏ ਤਾਂ ਜਿਹਾ ਜਿਹਦਾ ਝਾੜ ਘਟਦਾ ਹੋਇਆ ਰੇਟ ਬਾਜਾਂ ਤੋਂ 50 ਰੁਪਏ ਕਿਲੋ ਜਿਹਨੂੰ ਪਤਾ ਉਹਨੇ ਇਹ ਨਹੀਂ ਦੇਖਣਾ ਵੀ ਰੇਟ 50 ਰੁਪਏ ਠੀਕ ਆ ਆਰਗੈਨਿਕ ਆ ਉਹਨੇ ਲੈ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਆਰਗੈਨਿਕ ਖੇਤੀ ਦਾ ਕਾਗਿਆ ਬੀਆਂ ਦਾ ਕੰਮ ਆਪਣਾ ਬੀਜ ਆਪਣੀ ਖੇਤੀ ਆਰਗੈਨਕ ਵਾਲੇ ਬੰਦੇ ਨੂੰ ਆਪਦੇ ਬੀਜ ਰੱਖਣੇ ਪੈਣਗੇ ਕਿਸੇ ਕਨੇ ਚੱਕ ਦੀ ਲੋੜ ਨਹੀਂ ਪੈਣੀ ਜਿਵੇਂ ਸੌਫ ਹੋ ਗਿਆ ਇਹ ਮੇਰੇ ਕੋਲ 5-6 ਸਾਲਾਂ ਦਾ ਬੀਜ ਚੱਲਦਾ ਜੀ ਹਾਂ ਹਾਂ ਛੋਲਿਆਂ ਦਾ ਹੋ ਗਿਆ 2-3 ਸਾਲਾਂ ਦਾ ਬੀਜ ਚੱਲਦਾ ਜੀ ਆਪਾਂ ਤੋਂ ਬੀਜ ਲੈ ਕੇ ਵੀ ਜਾਂਦੇ ਆ ਵਿੱਚ ਬੰਦੇ ਗਰੰਟੀ ਮੰਗਦੇ ਆਪਾਂ ਗਰੰਟੀ ਵੀ ਦਿੰਨੇ ਆ ਜਿਵੇਂ ਚਪਾਤੀ ਨੰਬਰ 1 ਕਣਕ ਦਾ ਬੀਜ ਹੋ ਗਿਆ ਆਪਣੇ ਕੋਲੇ ਪਿਛਲੇ ਬਹੁਤ ਕਿਸਾਨਾਂ ਨੂੰ ਦਿੱਤਾ ਰੇਟ ਕੀ ਦਿੱਤਾ ਆਪਾਂ ਉਹੀ ਰੇਟ ਤੇ ਕੋਈ ਰੇਟ ਨਹੀਂ ਜਿਆਦਾ ਲੈਂਦਾ ਉਹ ਤੋਂ 50 ਰੁਪਏ ਕਿਲੋ ਪਰ ਯਾਰ ਵੀ ਇਹ ਗੱਲੋ ਹੀ ਆਰਗੈਨਿਕ ਕਣਕ ਵੇਚਦੇ ਆਪਾਂ ਜੀ ਠੀਕ ਹੈ ਵੀਰ ਜੀ ਜਿਵੇਂ ਚਲੋ ਤੁਸੀਂ ਤਾਂ ਬੀਜ ਆਪਦਾ ਤਿਆਰ ਕਰ ਰਹੇ ਹੋ ਪਰ ਜਿਵੇਂ ਕਿਸੇ ਨੇ ਨਵੇਂ ਸਿਰੇ ਤੋਂ ਇਹ ਕੰਮ ਸਟਾਰਟ ਕਰਨਾ ਤਾਂ ਫਿਰ ਉਹਨੂੰ ਬੀਜ ਕਿੱਥੋਂ ਲੈਣੇ ਚਾਹੀਦੇ ਬੀਜ ਜਿਵੇਂ ਆਰਗੈਨ ਖੇਤੀ ਕਰਦਾ ਕਿਸ ਤੋਂ ਉਹਨਾਂ ਤੋਂ ਲਓ ਜੀ ਜੇਕਰ ਉਹਨੂੰ ਆਰਗੈਨ ਕਰਨ ਵਾਸਤੇ 3 ਸਾਲ ਲੱਗਦੇ ਜੀ ਵੀਰ ਨੂੰ ਹਾਂਜੀ ਤੇ ਜੋਤ ਕਰਨ ਲੱਗੂ ਸ਼ੁਰੂ ਕਰਦੇ 3 ਸਾਲਾਂ ਦੇ ਵਿੱਚ ਉਹਦੇ 20 ਵੀ ਆਰਗੈਨਿਕ ਹੋ ਜਾਣਗੇ ਠੀਕ ਜੇ ਉਹੀ ਵੀ ਬੀਜ ਦਾ ਰਹੂਗਾ ਦੇਸੀ ਵੀ ਬੀਜੂਗਾ ਜੀ ਹਾਂ ਹਾਂ ਇਸ ਤਰ੍ਹਾਂ ਜੀ ਵੀਰ ਜੀ ਇੱਧਰ ਫਲਾਂ ਦੇ ਬੂਟੇ ਵੀ ਨਜ਼ਰ ਆ ਰਹੇ ਨੇ ਤੇ ਕਿਹ ਦੇਖੋ ਜੀ ਆਪਣੇ ਸਾਰੇ ਜੋ ਸੀਜ਼ਨੀ ਫਲ ਹੁੰਦੇ ਨੇ ਸਾਰੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੇਲਾ ਇਹਨੂੰ ਫਲ ਆ ਚੁੱਕੀ ਹੈ ਜੀ ਹਰ ਸਾਲ ਪੰਜ ਸੱਤ ਗੁੱਸੇ ਦੇ ਪੱਕਦੇ ਆ ਜੀ ਆਪਣੇ ਕੋਲ ਕੇਲੇ ਦੇ ਉਸ ਤੋਂ ਬਾਅਦ ਜੇ ਅੱਗੇ ਚੱਲਾਂਗੇ ਜੀ ਆਪਾਂ ਆਂਬ ਆ ਗਿਆ ਜੀ ਆਪਣੇ ਕੋਲੇ ਇਹ ਹੋਰ ਵੈਰਾਈਟੀ ਆਂਬ ਦੀ ਆਪਾਂ ਇਹਨੂੰ ਹਾਈਬ੍ਰਿਡ ਕਹਿ ਸਕਦੇ ਕੁਝ ਵੀ ਕਹਿ ਸਕਦੇ ਆ ਜੀ ਇਹਨੂੰ ਅਲਕੇ ਪੌਦਾ ਬੜਾ ਵੱਡਾ ਨੇ ਦਾ ਫਲ ਬਹੁਤ ਲੱਗਦਾ ਜੀ ਇਹਨੂੰ ਠੀਕ ਹੈ ਇਹ ਬੂਰ ਬਹੁਤ ਆਇਆ ਪਿਆ ਨਾ ਪਰ ਪੌਦੇ ਦੀ ਜਿਹੜੀ ਹਾਈਟ ਹੈ ਬਹੁਤ ਛੋਟੀ ਬਹੁਤ ਛੋਟੀ ਐ ਇੱਡੇ ਕਿ ਹਾਈਟ ਨੂੰ ਲੱਗਦੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਜਿਵੇਂ ਆ ਗਿਆ ਆਪਣੇ ਕੋਲੇ ਮਸੰਮੀ ਤੇ ਕਿੰਨੂ ਲੱਗਿਆ ਹੋਇਆ ਜੀ ਇਹ ਦੇਖ ਸਕਦੇ ਹੋ ਮਸੰਮੀ ਵੀ ਭਰ ਚੁੱਕੀ ਆ ਫਲਦੀ ਜੀ ਇਹ ਆਪਣੇ ਕੋਲੇ ਸੰਤਰੇ ਦਾ ਬੂਟਾ ਆ ਗਿਆ ਜੀ ਇਹ ਸੰਤਰੇ ਦਾ ਆ ਗਿਆ ਜੀ ਇਸ ਤੋਂ ਬਾਅਦ ਅੱਗੇ ਦੇਖੋ ਜੀ ਜਿਵੇਂ ਆਪਾਂ ਕੋਲੇ 베ਰੀ ਆ ਗਈ ਇਹ ਹਾਂਜੀ 베ਰੀ ਤਾਂ ਭਰੀ ਪਈ ਐ 베ਰਾਂ ਦੇ ਨਾਲ ਹਾਂਜੀ ਜਿਵੇਂ ਆਪਾਂ 베ਰਾਂ ਦੀ ਗੱਲ ਕਰਦੇ ਜੀ ਜੇ ਅਸੀਂ 8 ਜੀਆਂ ਦਾ ਟੱਬਰ ਆ ਜੀ ਸਾਡਾ 베ਰ ਖਾਣ ਨੂੰ ਅਸੀਂ ਅੱਧਾ ਕਿਲੋ ਇੱਕੇਣਾ 베ਰ ਖਾ ਜਾਂਦਾ ਡੇਲੀ ਦਾ ਹਾਂਜੀ ਤੇ 8 ਜੀਆਂ ਦੇ ਆਪਣੇ ਹੋ ਗਏ ਇਹ 4 ਕਿਲੋ 베ਰ ਹੋ ਗਏ ਡੇਲੀ ਦੇ ਜੀ ਹਾਂਜੀ ਤੇ 20 ਦਿਨਾਂ ਦੇ 80 ਕਿਲੋ ਹੋ ਗਏ ਜੀ ਹਾਂਜੀ ਅਸੀਂ ਮਹੀਨੇ ਤੋਂ ਉੱਪਰ ਖਾਦੇ ਕੌਂਟਲ ਬੇਰ ਖਾ ਗਏ ਜੀ ਬਿਲਕੁਲ ਇੱਕ ਮਹੀਨੇ ਦੇ ਹਾਂਜੀ ਇਹ ਕੌਂਟਲ ਜੇ ਬੇਰ ਅਸੀਂ ਲੈ ਕੇ ਹੁਣ ਘਰੇ ਕੀ ਅਸੀਂ ਲਿਆਵਾਂਗੇ ਨਹੀਂ ਮੇਰੇ خیال ਨਾਲ ਤਾਂ ਨਹੀਂ ਮਸਾ ਕਿਲੋ 2 ਕਿਲੋ ਆਪਾਂ ਲਿਆਉਣੇ ਆ ਤੇ ਉਹਦੇ ਚ ਵੀ ਪਏ ਰਹਿ ਜਾਂਦੇ ਹਾਂ ਹਾਂ ਨਹੀਂ ਖਾਦੇ ਵੀ ਨਹੀਂ ਜਾਂਦੇ ਲੜੇ ਖਾਂਦੇ ਦੇਖ ਕੇ ਆਪ ਦਾ ਸਵਾਦ ਵਾਲਾ ਖਾਣੇ ਆ ਵਧੀਆ ਬੇਰ ਖਾਣੇ ਆ ਜੀ ਉਸ ਤੋਂ ਬਾਅਦ ਕੀ ਹੈ ਜੀ ਇੱਕ ਬੇਰੀ ਦੇ ਉੱਤੋਂ ਮੈਂ ਸੇਲ ਵੀ ਕਰਤੇ ਅੱਛਾ ਜੀ ਹਾਂ ਠੀਕ ਹੈ ਹਜੇ ਵੀ ਭਰੀ ਪਈ ਹਜੇ ਵੀ ਭਰੀ ਆ 3000 ਰੁਪਏ ਦੇ ਬੇਰ ਮੈਂ ਵੇਚ ਚੁੱਕਿਆ ਜਿਹੜੇ ਰਿਸ਼ਤੇਦਾਰ ਲੈ ਕੇ ਉਹ ਫੇਰ ਪਿੰਡ ਚੋਂ ਲੈ ਕੇ ਮਿੱਤਰ ਪਿਆਰੇ ਰਿਸ਼ਤੇਦਾਰ ਲੈ ਗਏ ਉਹ ਫੇਰ ਆ ਇਸੇ ਤਰ੍ਹਾਂ ਜਿਵੇਂ ਕਿੰਨੂ ਆ ਜਿਵੇਂ ਕਿੰਨੂ ਆਗੇ ਜੀ ਏਵੇਂ ਜੇ ਕਿੰਨੂ ਨੇ ਆਪਣਾ ਕੋਈ ਤਿੰਨ ਚਾਰ ਬੂਟੇ ਲੱਗੇ ਹੋਏ ਜੀ ਹਰੇਕ ਬੂਟੇ ਨੂੰ 25 ਤੋਂ 30 ਕਿਲੋ ਕਿੰਨੂ ਲੱਗ ਜਾਂਦਾ ਜੀ ਇਸ ਤਰ੍ਹਾਂ ਕੋਈ ਸੇਲ ਕਰ ਦਿੰਨੇ ਆ ਕੁਝ ਖਾ ਲੈਣੇ ਆ ਕੁਝ ਰਿਸ਼ਤੇਦਾਰਾਂ ਲੈ ਗਏ ਮਾਲਕ ਆ ਕਿਸੇ ਨੂੰ ਰੋਕਿਆ ਨਹੀਂ ਹੈਗਾ ਜੋ ਆਪਣੇ ਨੌਕਰ ਰੱਖਿਆ ਹੋਇਆ ਜੀ ਮਲਾਜਮ ਮੁੰਡਾ ਉਹ ਵੀ ਖਾਂਦਾ ਤੇ ਅੰਗੂਰ ਆ ਗਏ ਅੰਗੂਰ ਵੀ ਆਪਾਂ ਨੂੰ ਮੁੱਕਦੇ ਨਹੀਂ ਜੀ ਇਹ ਸਾਰੇ ਆਰਗੈਨਿਕ ਹੀ ਆ ਵੀ ਹਾਂਜੀ ਆਰਗੈਨਿਕ ਜੀ ਇਹ ਅੰਗੂਰ ਆ ਤੁਸੀਂ ਦੇਖ ਸਕਦੇ ਹੋ ਪੂਰੀਆਂ ਲੜੀਆਂ ਭਰੀਆਂ ਭ ਤੇ ਫਿਰ ਇਹਨਾਂ ਪੌਦਿਆਂ ਦੀ ਕੇਅਰ ਕਿਵੇਂ ਕਰਦੇ ਹਾਂ ਵੀਰ ਜੀ ਕੇਅਰ ਤਾਂ ਦੇਖੋ ਇੱਕ ਦਿਨ ਇਹਨਾਂ ਨੂੰ ਜਿਵੇਂ ਆਪਾਂ ਦੇ ਕੋਲੇ ਬ੍ਰੰਮੀ ਬਾਸ ਬਣਿਆ ਹੋਇਆ ਉਹਦੀ ਸਪਰੇ ਜੀ ਆਛਾ ਪਾਠੀਆਂ ਦਾ ਪਾਣੀ ਆ ਗਿਆ ਉਹਦੀ ਸਪਰੇ ਜੀ ਉਦੋਂ ਆ ਜਿਵੇਂ ਥੱਲੇ ਇਹਨਾਂ ਕਲੀ ਕੁਲੀ ਪਾਉਣੀ ਹੈ ਜੀ ਇਸ ਤਰ੍ਹਾਂ ਜੀ ਕੈਮੀਕਲ ਨਹੀਂ ਪਾਉਣਾ ਕੋਈ ਵੀ ਡੀਏਪੀ ਜੂਰੀਆ ਉਹ ਨਹੀਂ ਪਾਉਣਾ ਕੋਈ ਆਪਾਂ ਸਪਰੇ ਛਿੜਕਣੀਆਂ ਵੀਰ ਜੀ ਬ੍ਰਹਮੀਵਾਸ਼ ਦੀ ਗੱਲ ਕੀਤੀ ਹੈ ਤੁਸੀਂ ਤੇ ਉਹਨੂੰ ਤੁਸੀਂ ਆਪ ਤਿਆਰ ਕਰਦੇ ਹੋ? ਹਾਂਜੀ ਹਾਂਜੀ ਆਪ ਤਿਆਰ ਕਰਦੇ ਆਂ ਜੀ। ਉਹਨੂੰ ਤਿਆਰ ਕਰਨ ਦਾ ਕੀ ਪ੍ਰੋਸੈਸ ਹੈ ਮਾੜਾ ਇਹ ਦਰਸ਼ਕਾਂ ਨੂੰ ਦੱਸੋ ਜ਼ਰੂਰ। ਜਿਵੇਂ ਬ੍ਰਹਮੀਵਾਸ਼ ਤਿਆਰ ਕਰਨਾ ਜੀ ਉਹਦੇ ਵਿੱਚ ਆਪਾਂ ਕਿੰਨਾ 200 ਲੀਟਰ ਦਾ ਡਰਮ ਲੈ ਲੈਣਾ ਖਾਲੀ। ਠੀਕ ਹੈ ਜੀ। ਉਹ 'ਚ ਐ ਮਨੋ ਜੀ 150 ਲੀਟਰ ਪਾਣੀ ਪਾ ਲੈਣਾ। ਹਾਂਜੀ। ਉਦੋਂ ਬਾਅਦ ਜੀ 5 ਕਿਲੋ ਗਾਂ ਦਾ ਗੋਹਾ ਲੈ ਲੈਣਾ ਦੇਸੀ ਗਾਂ ਦਾ ਜੀ। ਠੀਕ ਹੈ ਜੀ। ਤੇ 5 ਲੀਟਰ ਹੀ ਉਹਦਾ ਪਿਸ਼ਾਬ ਲੈ ਲੈਣਾ। ਅੱਛਾ ਜੀ। ਉਦੋਂ ਬਾਅਦ 5 ਕਿਲੋ ਆਪਾਂ ਜਿਵੇਂ ਕੋਈ ਬਰੋਟਾ ਲੱਗਿਆ ਹੋਇਆ ਉਹ अच्छा जी हां जी ਉਹਦੇ ਵਿੱਚ ਉਹਦੋਂ ਪੰਜ ਕਿਲੋ ਉਹਦੇ ਵਿੱਚ ਹੀ ਗੁੜ ਪਾ ਦੋ ਉਹਦੇ ਵਿੱਚ ਤੇ 2 ਕਿਲੋ ਵਿਸ਼ਨ ਪਾ ਦੋ اچھا ਜੀ ਤੇ ਉਦੋਂ ਬਾਅਦ ਉਹਦੋਂ ਇੱਕ ਇਸ ਤਰ੍ਹਾਂ ਹੀ ਹਿਲਾਇ ਚੱਲੋ ਰੋਜ਼ اچھا ਜੀ ਦੋ ਤਿੰਨ ਵਾਰੀ ਹਿਲਾ ਦਿਓ ਇੱਕ ਸਾਈਡ ਨੂੰ ਹਿਲਾਉਣਾ ਕੁਛ ਉਹਦੇ ਵਿੱਚ ਤੰਬਾ ਹੀ ਪੈ ਜਾਂਦਾ ਜੀ اچھا ਤੇ ਉਹ ਇਸ ਤਰ੍ਹਾਂ ਮਹੀਨਾ ਪਿਆ ਰਹੇ ਉਹਦੋਂ ਬਾਅਦ ਉਹ ਤਿਆਰ ਹੋ ਜਾਂਦਾ ਬਣ ਕੇ ਜੀ ਠੀਕ ਹੈ ਫਿਰ ਉਹਦਾ ਛੜਕਾ ਤੁਸੀਂ ਉਹਦਾ ਛੜਕਾ ਹਾਂ ਜੀ ਠੀਕ ਹੈ ਇਹ ਸਬਜ਼ੀਆਂ ਵਗੈਰਾ ਤੇ ਵੀ ਉਹਦਾ ਹਾਂ ਸਬਜ਼ੀਆਂ ਤੇ ਵੀ ਫਲਾਂ ਤੇ ਵੀ ਸਾਰੇ ਕਿਤੇ ਛੜਕਾ ਉਹਦਾ ਹੁੰਦਾ ਜੀ 200 ਲੀਟਰ ਟਰਾਂਕ ਮੁਕਦੇ ਨਹੀਂ ਜੀ ਉਹਦਾ ਜੇ ਪਾਣੀ ਕੱਢ ਦੋ ਜੇ ਪਾਣੀ ਹੋਰ ਪ ਠੀਕ ਐ ਮੀਨਾ ਮਤਲਬ ਮੀਨਾ ਰੱਖਣਾ ਪੈਂਦਾ ਹੈ ਹਾਂਜੀ ਮੀਨਾ ਵੀ ਦਿਨਾਂ ਦੇ ਵਿੱਚ ਉਹ ਬਣ ਜਾਂਦਾ ਜੀ ਆਪਾਂ ਨੂੰ ਪਤਾ ਲੱਗਣ ਲੱਗੇ ਜਾਂਦਾ ਹੀ ਬਣਨ ਲੱਗ ਗਿਆ ਜੀ ਉਹ ਵੀਰ ਜੀ ਆ ਮਸੰਮੀ ਦੇ ਬੂਟੇ ਦੇ ਵਿੱਚ ਇੱਕ ਤੁਸੀਂ ਡੱਬਾ ਲਟਕਾਇਆ ਹੋਇਆ ਹੈ ਜੀ ਇਹਦਾ ਕੀ ਕੰਮ ਹੈ ਇਹ ਜਿਵੇਂ ਜਿਹੜੀ ਗੰਦੀ ਮੱਖੀ ਆਉਂਦੀ ਹੈ ਜੀ ਇਹ ਜੇ ਡ੍ਰਿਪ ਲੱਗ ਜਾਂਦੀ ਆ ਇਹਦੇ ਦੇਖੋ ਕਿ ਨੀਮ ਮੱਖੀਆਂ ਪਈਆਂ ਦੇ ਵਿੱਚ ਇਹ ਸਾਰੀਆਂ ਮੱਖੀਆਂ ਦੇ ਵਿੱਚ ਆ ਕੇ ਵੱੜ ਕੇ ਮਰ ਜਾਂਦੀਆਂ ਜੀ ਜਿਹੜੀ ਫਲ ਨੂੰ ਖਰਾਬ ਕਰਦੀ ਆ ਜਿਵੇਂ ਆ ਬਕਰ ਫਲ ਡਿੱਗਣ ਲੱਗਿਆ ਸੁੰਡ ਪੈਣ ਲੱਗਿਆ ਉਹਨੂੰ ਇਕੱਲਾ ਆਰਗੇਨਿਕ ਜਿਹਾ ਇਹ ਡ੍ਰਿਪੀ ਬਚਾਉਂਦਾ ਜੀ अच्छा ड्रिप ਕਾਦੀ ਲਾਈ ਹੋਈ ਹੈ ਇਹਦੇ ਵਿੱਚ ਟਿੱਕੀ ਹੁੰਦੀ ਹੈ ਜੀ ਲੱਗ ਜਾਂਦੀ ਹੈ ਅੱਛਾ ਯੂਨੀਵਰਸਿਟੀ ਤੋਂ ਮਿਲ ਜਾਂਦੀਆਂ ਨੇ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਕਾਦੀ ਇਹ ਕੋਈ ਇਹ ਚ ਕੈਮੀਕਲ ਨਹੀਂ ਕਹ ਸਕਦੇ ਕੁਸਬੋਹ ਹੈ ਇਹਦੀ ਅੱਛਾ ਜਿਵੇਂ ਕਪੂਰ ਦੀ ਟਿੱਕੀ ਹੁੰਦੀ ਹੈ ਇਸ ਤਰ੍ਹਾਂ ਇਹ ਖਿੱਚਦੀ ਆ ਉਹਦੇ ਬਲ ਨੂੰ ਮੱਖੀ ਉਹਦੇ ਕੋਲ ਆਏ ਨੇ ਮੁੜ ਕੇ ਉਹ ਨਿਕਲ ਨਹੀਂ ਸਕਦੀ ਦੋਸਤੋ ਆ ਬੜੀ ਵਧੀਆ ਚੀਜ਼ ਸਾਨੂੰ ਲੱਗੀ ਐ ਜੇ ਕੀੜੇ ਮਕੌੜਿਆਂ ਤੋਂ ਜਾਂ ਮੱਖੀ ਮੱਛਰ ਤੋਂ ਆਪਾਂ ਆਪਣੇ ਪੌਦਿਆਂ ਨੂੰ ਬਚਾਉਣਾ ਹੈ ਤਾਂ ਇਹ ਮੇਰੇ ਖਿਆਲ ਨਾਲ ਬਹੁਤ ਹੀ ਸਸਤਾ ਤੇ ਟਿਕਾਊ ਤਰੀਕਾ ਵੀਰ ਜੀ ਨੇ ਲਾਇਆ ਹੋਇਆ ਤੇ ਸਾਨੂੰ ਵੀ ਇਹ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਵੀਰ ਜੀ ਆਹ ਪੀਪਾ ਤੁਸੀਂ ਕਾਦੇ ਲਈ ਟੰਗਿਆ ਹੋਇਆ ਇਹ ਜਿਵੇਂ ਨਾ ਆਪਣੇ ਜੰਗਲੀ ਤੋਤੇ ਬਹੁਤ ਆਉਂਦੇ ਮੇਰੀ ਤੇ ਹਾਂ ਪੰਛੀ ਜ਼ਰੂਰ ਆਉਂਦੇ ਹਾਂ ਦੇਖਾਂਗੇ ਵੈਸੇ ਉਹ ਉੱਪਰ ਉੱਪਰ ਦੇਖ ਸਕਦੇ ਹਾਂ ਖਾ ਗਏ ਉਹ ਜਿੰਨਾ ਉਹਨਾਂ ਦਾ ਹੱਕ ਮੰਦਾ ਉਹਨਾਂ ਨੇ ਖਾ ਵੀ ਲੇਤਾ ਤੇ ਕੁਝ ਆਪਣੇ ਲਈ ਛੱਡ ਗਏ ਜੀ ਉਹਨਾਂ ਨੂੰ ਭਜਾਉਣ ਵਾਸਤੇ ਬਸ ਇਹ ਰੱਖਿਆ ਹੋਇਆ ਇਨੂੰ ਇਸ ਤਰ੍ਹਾਂ ਕਰਕੇ ਖੜਕਾਉਣਾ ਨੇ ਤੇ ਉਹ ਭੱਜ ਜਾਂਦੇ ਆ ਜੀ ਦੇਸੀ ਜੁਗਾੜ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਬੱਚੇ ਖੜਕਾ ਦਿੰਦੇ ਆ ਜੀ ਬੀਬੀ ਖੜਕਾ ਦਿੰਦੀ ਆ ਇਸ ਤਰ੍ਹਾਂ ਰੱਖਿਆ ਹੋਇਆ ਜੀ ਵੀਰ ਜੀ ਆਪਾਂ ਦੇਖ ਰਿਹਾ ਤੁਸੀਂ ਨਾ ਇੱਥੇ ਕੁਝ ਸੁੱਕਣੇ ਪਾਇਆ ਹੋਇਆ ਹੈ ਇਹ ਕੀ ਚੀਜ਼ ਹੈ ਇਹ ਆਪਾਂ ਮਸਰੀ ਵੱਡੀ ਸੀ ਜੀ ਅੱਛਾ ਤੁਸੀਂ ਦੇਖ ਸਕਦੇ ਹੋ ਇਹ ਮਸਰੀ ਨੂੰ ਟਰੈਕਟਰ ਨਾਲ ਲਾਤਰ ਕੇ ਆਪਾਂ ਕੱਢਿਆ ਇਹਦੇ ਵਿੱਚ ਦਾਣੇ ਵੀ ਹੈਗੇ ਆ ਜੀ ਮਸਰੀ ਦੇ ਇਹ ਮਸਰ ਦੇ ਦਾਣੇ ਆ ਜੀ ਹੂੰ 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 ਮਾਰਗੜਾ ਆਰਗੈਨਿਕ ਖੇਤੀ ਕਰਦਾ ਉਹਦੇ ਵਿੱਚ ਤਾਂ ਘਰ ਚ ਪੱਲੀਆਂ ਵੀ ਸੀ ਰਹਿੰਦੀਆਂ ਜੇ ਕਦੇ ਦਾਲ ਸੁੱਕਣੀ ਪਾਤੀ ਕਦੇ ਛੋਲੇ ਸੁੱਕਣੇ ਪਾਤੇ ਕਦੇ ਮਸਰੀ ਪਾਤੀ ਇਸ ਤਰ੍ਹਾਂ ਹੀ ਜਿਵੇਂ ਹੁਣ ਮਸਰੀ ਪਾਲੀ ਸੌਂਫ ਆਜੂ ਫਿਰ ਛੋਲੇ ਆ ਜਾਣਗੇ ਹੂੰ ਹੂੰ ਇਹ ਆਪਦੇ ਸੀ ਆਪ ਹੀ ਕੱਢਦੇ ਆ ਨਾ ਫਿਰ ਹੌਲੀ ਹੌਲੀ ਟਰੈਕਟਰ ਨਾਲ ਗਾਘੂ ਕੇ ਜੀ ਇਹ ਪੁਰਾਣੇ ਰੀਤੀ ਰਿਵਾਜ ਵਾਲਾ ਮੰਨੋ ਜੀ ਇਹਨੂੰ ਪੁਰਾਣੇ ਪਹਿਲਾਂ ਬਜ਼ੁਰਗ ਵੀ ਇਸ ਤਰ੍ਹਾਂ ਹੀ ਕੱਢਦੇ ਹੁੰਦੇ ਸੀਗੇ ਵੀਰ ਜੀ ਆਪਾਂ ਦੇਖਿਆ ਤੁਸੀਂ ਛੋਲੇ ਵੀ ਉਗਾਏ ਨੇ ਦਾਲਾਂ ਵੀ ਹਨਾ ਉਹਦੇ ਵਿੱਚ ਸਬਜ਼ੀਆਂ ਵੀ ਐ ਫਲਾਂ ਦੇ ਰੁੱਖ ਵੀ ਐ ਹੁਣ ਗੱਲ ਆਉਂਦੀ ਐ ਵੀ ਇੰਨਾ ਪੌਦਿਆਂ ਦੀ ਖਾਦ ਖ ਫਿਰ ਕਿਹੜੀ ਖਾਦ ਦੀ ਤੁਸੀਂ ਵਰਤੋਂ ਕਰਦੇ ਹੋ ਇਹਦੇ ਲਈ ਆਪਾਂ ਗੰਡੋਵਾ ਖਾਦ ਤਿਆਰ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਪੱਟ ਲੱਗੇ ਹੋਏ ਆ ਜੀ ਅੱਛਾ ਇਹ ਆਪਣੇ ਗਡੋਏ ਰੱਖੇ ਹੋਏ ਆ ਜੀ ਹਾਂ ਹਾਂ ਇਹ ਤਿਆਰ ਆ ਜੀ ਬਿਲਕੁਲ ਖਾਦ ਦੇਖੋ ਹਾਂ ਕਿ ਜਿਉ ਉਹ ਬਹੁਤ ਜ਼ਿਆਦਾ ਆ ਜੀ ਇਹ ਗੰਡੋਵਾ ਖਾਦ ਆ ਜੀ ਆਪਣੀ ਇਹ ਕੱਢਣ ਵਾਲੀ ਮਤਲਬ ਕਿ ਤਿਆਰ ਹੋਈ ਪਈ ਆ ਹੁਣ ਹਾਂ ਹਾਂ ਇਹਨੂੰ ਅਸੀਂ ਮਤਲਬ ਕਿ ਗੰਡੋਵਾ ਤੋਂ ਹੋਰ ਜਗ੍ਹਾ ਪਾ ਕੇ ਇਹਨੂੰ ਕੱਢ ਲੈਣਾ ਉੱਪਰੋਂ ਜੀ ਇਸ ਤਰ੍ਹਾਂ ਜਿਵੇਂ ਆਪਣੇ ਕੋਲ ਦੇਖੋ ਟਮਾਟਰਾਂ ਦੇ ਬੂਟੇ ਦੇਖ ਸਕਦੇ ਹੋ ਲੱਗੇ ਹੋਏ ਨੇ ਵੀ ਇਹ ਦੋ ਮਹੀਨੇ ਹੋ ਗਏ ਲੱਗਦੇ ਨੇ ਟਮਾਟਰ ਦੇ ਬੂਟਾ ਜੀ ਵੇਲਾ ਲਾ ਟਮਾਟਾ ਨਾਲ ਸਾਰੇ ਪੌਦਿਆਂ ਨੂੰ ਫਿਰ ਇਹੀ ਵਰਮੀ ਕੰਪੋਸਟ ਹਾਂ ਬਰਮੀ ਕੰਪੋਸਟ ਤੇ ਇਹਦਾ ਜਿਹੜਾ ਬਰਮੀ ਉਹ ਨਿਕਲਦਾ ਬਾਸ ਹਾਂਜੀ ਇਹਦਾ ਬਰਮੀ ਬਾਸ ਵੀ ਨਿਕਲਦਾ ਉਧਰਲੇ ਪਾਸੇ ਜੀ ਉਹ ਆਪਾਂ ਡਰਮ ਵਿੱਚ ਪਾਇਆ ਹੋਇਆ ਇੱਧਰ ਤੇ ਉਹਦੀ ਸਪਰੇ ਹੋ ਜਾਂਦੀ ਹੈ ਜੀ ਤੇ ਗੋਬਰ ਖਾਦ ਦੀ ਵੀ ਵਰਤੋਂ ਕਰਦੇ ਹਾਂ ਨਾਲ ਹਾਂਜੀ ਹਾਂਜੀ ਗੋਬਰ ਖਾਦ ਦੀ ਵੀ ਵਰਤੋਂ ਕਰਦੇ ਹਾਂ ਜੀ ਜੋ ਆਪਣੇ ਡੰਗਰਾਂ ਦੇ ਵਿੱਚੋਂ ਉਹ ਡੰਗਰ ਦੇਖੋਗੇ ਜੀ ਉਹਨਾਂ ਜਿੰਨੀ ਖਾਦ ਹੁੰਦੀ ਹੈ ਸਾਰੀ ਆਰਗੈਨਿਕ ਦੇ ਵਿੱਚ ਹੀ ਯੂਜ਼ ਕਰਦੇ ਹਾਂ ਜੀ ਠੀਕ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਨਹੀਂ ਹੋਰ ਆਪਣੇ ਜਿਵੇਂ ਧਨੋਲੇ ਗਊਸਾਲਾ ਜੀ ਅਸੀਂ ਉੱਥੋਂ ਵੀ ਖਾਦ ਲੈਣੇ ਆ ਜੀ ਠੀਕ ਹੈ ਹਾਂਜੀ ਇਹ ਕੇ ਬਣਾਇਆ ਹੋਇਆ ਜੀ ਆਪਣਾ ਜਾਨਵਰਾਂ ਵਾਸਤੇ ਜੋ ਕੱਦੂ ਅਸੀਂ ਪੱਕ ਜਾਂਦੇ ਆ ਜੀ ਉਹਨਾਂ ਦਾ ਬੀਜ ਕੱਢ ਕੇ ਸੇਲ ਕਰ ਦਿੰਨੇ ਆ ਜੀ ਉਹਨਾਂ ਜਾਨਵਰਾਂ ਲਈ ਇਹ ਔਲੇ ਤੇ ਟੰਗੇ ਹੋਇਆ ਜੀ ਆਪਣੇ ਇਹਦੇ ਵਿੱਚ ਪੰਛੀਆਂ ਲਈ ਦਾਣਾਦੂਣਾ ਪਾ ਦਿੰਨੇ ਫਿਰ ਆਪਾਂ ਸੀ ਵਿਚਾਰਨਾ ਬਣਾ ਕੇ ਰਹਿਣਾ ਵਸੇਰਾ ਕਰ ਲੈਂਦੇ ਨੇ ਜੀ ਠੀਕ ਹੈ ਠੀਕ ਦੋਸਤੋ ਆ ਵੀ ਇੱਕ ਵਧੀਆ ਤਰੀਕਾ ਹੈ ਘਰਾਂ ਦੇ ਵਿੱਚ ਆਪਾਂ ਜੇ ਸਬਜ਼ੀਆਂ ਲਾਉਣੇ ਆ ਤੇ ਕੱਦੂ ਪੱਕ ਹੀ ਜਾਂਦੇ ਨੇ ਇੱਕ ਦੋ ਤੇ ਆਪਾਂ ਵੀ ਇਸ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਆ ਇਹ ਪੰਛੀਆਂ ਦਾ ਇੱਕ ਟੈਂਪਰੇਰੀ ਘਰ ਅੱਪਾ ਕਹਿ ਸਕਦੇ ਆ ਇਹਨੂੰ ਮੀਰ ਜੀ ਖੇਤੀ ਦੇ ਨਾਲ-ਨਾਲ ਇੱਧਰ ਆਪਾਂ ਨੂੰ ਪਸ਼ੂ ਵੀ ਖੜੇ ਹੋਏ ਨਜ਼ਰ ਆ ਰਹੇ ਨੇ ਕੀ ਤੁਸੀਂ ਫਿਰ ਦੁੱਧ ਦਾ ਕੰਮ ਵੀ ਕਰ ਰਹੇ ਹੋ ਖੇਤੀ ਦੇ ਨਾਲ ਪਸ਼ੂਆਂ ਦਾ ਧੰਦਾ ਜਿਹੜਾ ਬਹੁਤ ਲਾਹੇਵੰਦ ਆ ਜੀ ਅੱਛਾ ਕਿਸਾਨ ਨੂੰ ਉਹ ਕਰਨਾ ਚਾਹੀਦਾ ਇਹ ਕੋਈ ਜਾਦੇ ਔਖਾ ਨਹੀਂ ਹੈਗਾ ਜਿਵੇਂ ਦੇਖ ਸਕਦੇ ਆ ਆਪਣੇ ਮੱਜਾਂ ਨੇ ਸਾਈਵਾਲ گاਉ ਆ ਜੇ ਸਾਈਵਾਲ گاਉ ਦੀ ਗੱਲ ਕਰੀ ਤਾਂ ਜੇ ਦੁੱਧ ਦੇਣਾ ਜੇ ਕਿਸੇ ਨੂੰ ਘਰਾਂ ਚ ਤਾਂ 70-75 ਰੁਪਏ ਰੇਟ ਆ ਮੰਗਦੇ ਨੇ ਜੇ ਕਿ ਉਹ ਦੀ ਗੱਲ ਕਰੀਏ ਸਾਈਵਾਲ ਦੇ ਦੀ ਤਾਂ 2200 ਰੁਪਏ ਕਿਲੋ ਕਿਹ ਜੀ ਫਿਕਰ ਹੈ ਜੀ ਜੇ ਮਾਜਦੇ ਕਿ ਉਹਦੀ ਗੱਲ ਕਰੀਏ ਤਾਂ 1300 1400 ਰੁਪਏ ਕਿਲੋ ਵਜੇ ਰੜਕਿਆ ਹੋਇਆ ਜੋ ਆਪਣਾ ਘਰੇ ਚਾਟੀ ਦੀ ਕਹਿੰਦੇ ਨੇ ਚਾਟੀ ਦੇ ਰਸੀ ਕਹਿੰਦੇ ਆ ਉਹ ਚ ਬਣਦਾ ਕਾਰਨੀਆਂ ਦੁੱਧ ਇਹ ਉਹਦਾ ਮਤਲਬ ਕਿ ਕਿਉਂ ਵੇਚਦੇ ਆ ਤਾਂ 1400 ਰੁਪਏ 1300 ਰੁਪਏ ਕਿਲੋ ਸੇਲ ਹੋ ਜਾਂਦਾ ਜੀ ਇਸ ਤਰ੍ਹਾਂ ਜਿਵੇਂ ਆਪਣੇ ਦੇਖੋ ਖੁਰਲੀ ਦੇ ਵਿੱਚ ਲੱਗੇ ਹੋਇਆ ਬਹੁਤ ਵਧੀਆ ਸਿਸਟਮ ਹੈ ਜੇ ਪਾਣੀ ਡੰਗਰ ਆਪਣੇ ਆਪ ਹੀੰਦਰਾਂ ਦਾ ਇਸ ਤਰ੍ਹਾਂ ਆਉਂਦਾ ਜੀ ਇਹ ਜਦੋਂ ਰਾਤ ਨੂੰ ਬੰਨੇ ਹੁੰਦੇ ਇੱਥੇ ਜਾਂ ਦਿਨੇ ਆਪ ਹੀ ਪੀ ਜਾਂਦੇ ਆ ਜੀ ਪਾਣੀ ਬਹੁ ਬਹੁਤ ਸਿਸਟਮ ਲੱਗਿਆ ਹੋਇਆ ਜੀ ਜਿਵੇਂ ਦੁੱਧ ਦੀ ਗੱਲ ਕਰਦੇ ਦੁੱਧ ਤੋਂ ਅ ਕੂ ਆਪਣਾ ਕਿ ਵੀ ਸੇਲ ਕਰ ਦਿੰਨੇ ਆ ਜੀ ਜਿਵੇਂ ਸਾਨੂੰ ਗਾਹਕ ਨੂੰ ਸਾਡੇ ਨੂੰ ਲੋੜ ਪੈਂਦੀ ਆ ਤੁਹਾਨੂੰ ਫੋਨ ਕਰਦਨੇ ਅਸੀਂ ਉਸ ਤਰ੍ਹਾਂ ਬਣਾ ਕੇ ਚੀਜ਼ ਦੇ ਦਿੰਨੇ ਆ ਜੀ ਉਹ ਤੋਂ ਅਜਿਵੇਂ ਅਸੀਂ ਕਿਉਂ ਤਿਆਰ ਕਰਦੇ ਆ ਜੀ ਉਹ ਪ੍ਰੋਸੈਸਿੰਗ ਦੇ ਵਿੱਚ ਦਾਲਾਂ ਦੂਲਾਂ ਤੁਹਾਨੂੰ ਦਿਖਾ ਰਹੇ ਆ ਜੀ ਅੱਗੇ ਜਾ ਕੇ ਜੋ ਆਪਣੀ ਹੱਟ ਬਣੀ ਹੋਈ ਆ ਘਰ ਦੇ ਵਿੱਚ ਉਦੇ ਸਾਨੂੰ ਦਰਸ਼ਨ ਕਰਾਉਣੇ ਆ ਜੀ ਵੀਰ ਜੀ ਜਿਵੇਂ ਤੁਸੀਂ ਪ੍ਰੋਸੈਸਿੰਗ ਦੀ ਗੱਲ ਕਰਦੇ ਸੀ ਇੱਧਰ ਮੈਂ ਦੇਖ ਰਹੀ ਆ ਸਮਾਨ ਪੈਕ ਕੀਤਾ ਹੋਇਆ ਹੈ ਉੱਪਰ ਤੁਹਾਡੇ ਲੇਬਲ ਲੱਗੇ ਹੋਏ ਨੇ ਸਾਨੂੰ ਮਾੜਾ ਜੀ ਦੱਸੋ ਵੀ ਕਿਹੜੇ ਕਿਹੜੇ ਪ੍ਰੋਡਕਟਸ ਇੱਥੇ ਤੁਸੀਂ ਜਿਹੜੇ ਪ੍ਰੋਸੈਸਿੰਗ ਦੇ ਵਿੱਚ ਰੱਖੇ ਹੋਏ ਨੇ ਉਹਨਾਂ ਬਾਰੇ ਦੇਖੋ ਜਿਵੇਂ ਆਪਾਂ ਕੋਲੇ ਹਲਦੀ ਹੈ ਜੀ ਹਾਂਜੀ ਇਹ ਆਪਾਂ ਆਪਦੀ ਪੀਸਦੇ ਆ ਜੀ ਆਪਣੇ ਛੋਟੇ ਗ੍ਰੈਂਡ ਟ੍ਰਾਈ ਕਰੇ ਠੀਕ ਹੈ ਜੀ ਤੇ ਉਦੋਂ ਬਾਅਦ ਜਿਵੇਂ ਮੂੰਗੀ ਆ ਗਈ ਇਹਦੀ ਪੈਕਿੰਗ ਕਰੀ ਹੋਈ ਆ ਸੌਫ ਆ ਗਈ ਜੀ ਇਹ ਸੋਲੇ ਆ ਗਏ ਜੀ ਤੇ ਉਹਦੋਂ ਦਾ ਮੂੰਗੀ ਆ ਗਈ ਜੀ ਇਹਦੀ ਮੂੰਗੀ ਨੂੰ ਆਪਾਂ ਦਲ ਕੇ ਦੋ ਫਾੜ ਕਰਿਆ ਹੋਇਆ ਜੀ ਜਿਹੜੀ ਚੱਕੀ ਨਾਲ ਨਾ ਪਹਿਲਾਂ ਆਪਣੇ ਆਟਾ ਨਹੀਂ ਪੀਸਦੇ ਸੀ ਜੀ ਲੇਡੀਆਂ ਇਹ ਛੋਟੀ ਚੱਕੀਆਂ ਆਪਣੇ ਕੋਲ ਹੈਗੀ ਆ ਉਹਦੇ ਨਾਲ ਦੋ ਫਾੜ ਕਰਿਆ ਹੋਇਆ ਜੀ ਠੀਕ ਹੈ ਇਹ ਮੇਜੇ ਕਿ ਸੋਲਿਆਂ ਦੀ ਦੋ ਫਾੜ ਕਰੀ ਹੁੰਦੀ ਆਪਣੇ ਕੋਲ ਦਾਲ ਜੀ ਇਹ ਨਹੀਂ ਸੋਲਿਆਂ ਦੀ ਦਾਲ ਕਹਿੰਦੇ ਨੇ ਉਹਨੂੰ ਭਿਉਂ ਕੇ ਹੀ ਦੋ ਫਾੜ ਹੋ ਜਾਂਦੀ ਹੈ ਜੀ ਉਹ ਐਵੇਂ ਜੇਕਰ ਆਪਣੇ ਕੋਲ ਜਿਵੇਂ ਗੋੜ ਆ ਗਿਆ ਇਹ ਆਪਾਂ ਉਹਨੇ ਘਲਾੜ ਲੱਗਿਆ ਉੱਥੋਂ ਬਣਵਾਇਆ ਜੀ ਅੱਛਾ ਤੇ ਸ਼ੱਕਰ ਆ ਗਈ ਇਹ ਮਲਟੀ ਗ੍ਰੇਨ ਆਟਾ ਜੀ अच्छा हां जी मल्टी ग्रेन ਦੇ ਵਿੱਚ ਫਿਰ ਕਿਹੜੇ ਕਿਹੜੇ ਅਨਾਜ ਵਰਤਦੇ ਤੁਸੀਂ ਇਹ ਸੋਇਆਬੀਨ ਆ ਗਈ ਜੀ ਬਾਜਰਾ ਮੱਕੀ ਜਵਾਰ ਚਰੀ ਸੌਂਫ ਤੇ ਜਵਾਨ ਜੀ ਉਦੋਂ ਬਾਅਦ ਜਿਵੇਂ ਤੁਸੀਂ ਦੇ ਹਾਂਜੀ ਸ਼ੱਕਰ ਹੈ ਜੀ ਤੇ ਆਹ ਇਹ ਸਰੋਂ ਦਾ ਤੇਲ ਹੈ ਜੀ ਠੀਕ ਹੈ ਇਹ ਇਹ ਆਰਗੈਨਿਕ ਸਰੋਂ ਦਾ ਤੇਲ ਹੈ ਜੀ ਇਹ ਆਪਣੇ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਅੱਛਾ ਠੀਕ ਹੈ ਹਾਂਜੀ ਹਾਂਜੀ ਇਹ ਜਿਵੇਂ ਦੇਸੀ ਘਿਓ ਆ ਗਿਆ ਕਾਰ ਨਹੀਂ ਦੁੱਧਾ ਜੀ ਇਹ ਤੁਸੀਂ ਘਰੇ ਜਿਵੇਂ ਪਸ਼ੂ ਰੱਖੇ ਹੋਏ ਹਨ ਹਾਂਜੀ ਹਾਂਜੀ ਵੀਰ ਜੀ ਇਹ ਤਾਂ ਹੋ ਗਈ ਪ੍ਰੋਸੈਸਿੰਗ ਦੀ ਗੱਲ ਹੁਣ ਗੱਲ ਆਉਂਦੀ ਹੈ ਮਾਰਕੀਟਿੰਗ ਦੀ ਕੀ ਗਾਹਕ ਇੱਥੇ ਅਪਰੋਚ ਕਰਦਾ ਤੁਹਾਡੇ ਕੋਲੇ ਜਾਂ ਫਿਰ ਤੁਸੀਂ ਇਹਨੂੰ ਸੇਲ ਕਰਨ ਲਈ ਕਿਤੇ ਬਾਹਰ ਜਾਂਦੇ ਹੋ ਦੇਖੋ ਜਦੋਂ ਅਸੀਂ ਸ਼ੁਰੂਆਤ ਕਰੀ ਹੈ ਇਹਦੀ ਜੀ ਸਭ ਤੋਂ ਪਹਿਲਾਂ ਆਪਣੇ ਘਰ ਦੇ ਨਾਲ ਹਲੋਮਨ ਜੀ ਦਾ ਮੰਦਰਾ ਇੱਥੋਂ ਸ਼ੁਰੂਆਤ ਕਰੀ ਹੈ ਹਰ ਮੰਗਲਵਾਰ ਨੂੰ ਬਹੁਤ ਦੂਰ ਦੂਰ ਤੱਕ ਦੇ ਇੱਥੇ ਸਰਦਾਲੂ ਆਉਂਦੇ ਆ ਜੋ ਮੱਥਾ ਟੇਕਣ ਆਉਂਦੇ ਆ ਤੇ ਉਹ ਜਦੋਂ ਆਉਂਦੇ ਆ ਤੇ ਆਪਾਂ ਇੱਥੇ ਸਟਾਲ ਲਾਈ ਹੁੰਦੀ ਆਪਣੀ ਆਪਣਾ ਸਟਾਲ ਤੋਂ ਸਮਾਨ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਜਿਵੇਂ ਕਿਸਾਨ ਮੇਲਾ ਹੋ ਗਿਆ ਜੀ ਉੱਥੇ ਵੀ ਜਾਂਦੇ ਆਪਾਂ ਸਟਾਲ ਲਾਉਣੇ ਆ ਉਦੋਂ ਜਿਵੇਂ ਸਾਡੀ ਸੰਗਰੂਰ ਮੰਡੀ ਲੱਗਦੀ ਹੈ ਜੀ ਆਪਣੇ ਬੀਸਨਪਾਰਕ ਕੋਲੇ ਉੱਥੇ ਜਿਵੇਂ ਹਰ ਸੰਡੇ ਨੂੰ ਮਾਲਕ 4 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੀ ਲੱਗਦੀ ਆ ਉੱਥੇ ਜਾਂਦੇ ਆ ਜੀ ਉਹ ਤਾਂ ਬਰਨਾਲੇ ਲੱਗਦੀ ਹੈ ਜੀ ਬੁੱਧਵਾਰ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਉੱਥੇ ਛੇਲ ਕਰਦੇ ਆ ਉਸ ਤੋਂ ਬਾਅਦ ਆਪਣਾ ਇੱਕ ਪੇਜ ਚੱਲਦਾ ਜੀ ਰਿੰਗ ਬ੍ਰਦਰਜ਼ ਆਰਗੈਨਿਕ ਫਾਰਮ ਜਿਹੜੇ ਨਾਂ ਦੇ ਆਪਣਾ ਫਾਰਮ ਰਜਿਸਟਰਡ ਆ ਉਸੇ ਨਾਂ ਤੇ ਹੀ ਪੇਜ ਚੱਲਦਾ ਉਹਦੇ ਉੱਤੇ ਅਗਲਾ ਵੀਡੀਓ ਦੇ ਕੇ ਆਪਾਂ ਨਾਲ ਕਨੈਕਟ ਕਰਦਾ ਤੇ ਆਪਾਂ ਤੁਹਾਡੇ ਘਰੋਂ ਆ ਕੇ ਵੀ ਲੈ ਕੇ ਜਾਂਦਾ ਠੀਕ ਹੈ ਤੇ ਜੇ ਕਿਸੇ ਨੇ ਆਨਲਾਈਨ ਸਮਾਨ ਮੰਗਵਾਉਣਾ ਹੋਵੇ ਆਰਡਰ ਕਰਕੇ ਕਿ ਉਹ ਵੀ ਤੁਸੀਂ ਪਹੁੰਚਾਉਂਦੇ ਹੋ ਹਾਂਜੀ ਜਿਵੇਂ ਆਪਣੇ ਕੋਲੋਂ ਕਿਸੇ ਨੇ ਸਮਾਨ ਮੰਗਵਾਉਣਾ ਤਾਂ ਵਸਤੇ ਰੱਖ ਦਿੰਨੇ ਆ ਜੀ ਠੀਕ ਹੈ ਜਾਂ ਜੇ ਕੋਈ ਨੇੜੇ ਹੋਂ ਤਾਂ ਫੜਾ ਵੀ ਆਉਣੇ ਆ ਜਿਵੇਂ ਪ੍ਰਣਾਲੀ ਤਾਂ ਸਾਡੇ ਘੇੜੇ ਲੱਗਦੀ ਰਹਿੰਦੇ ਨੇ ਜੀ ਉੱਥੇ ਸੀ ਪਹੁੰਚਦਾ ਕਰਦੇ ਰਹਿੰਦੇ ਆ ਦੋਸਤੋ ਜੇ ਤੁਸੀਂ ਵੀ ਕੈਮੀਕਲ ਮੁਕਤ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਵੀਰਜੀ ਦਾ ਫੇਸਬੁੱਕ ਪੇਜ ਚੱਲਦਾ ਹੈ ਤੁਸੀਂ ਉੱਥੇ ਵੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਵੀ ਚਲਾ ਦੇਵਾਂਗੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਕੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੈ ਤਾਂ ਉਹ ਲੈ ਸਕਦੇ ਹੋ ਬਾਕੀ ਅਸੀਂ ਵੀਰਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਆਪਾਂ ਵੀ ਅਕਲੀਆ ਫੈਮਿਲੀ ਬਲੌਗ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਨੇ ਫਾਰਮ ਤੇ ਅੱਜ ਵਿజిਟ ਕੀਤਾ ਹੈ। ਦੋਸਤੋ ਇੱਥੇ ਹੀ ਕਰਦੇ ਆ ਆਪਾਂ ਅੱਜ ਦੀ ਵੀਡੀਓ ਦਾ ਐਂਡ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਕਮੈਂਟਰਾਂਹੀਂ ਤੁਸੀਂ ਆਪਣੇ ਸਵਾਲ ਸਾਨੂੰ ਪੁੱਛ ਸਕਦੇ ਹੋ ਤੇ ਮਿਲਦੇ ਆਂ ਜੀ ਫਿਰ ਇੱਕ ਹੋਰ ਲਾਹੇਵੰਦ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ।